ਸਤਿ ਸ੍ਰੀ ਅਕਾਲ, ਅਦਾਬ, ਨਮਸਤੇ ਤੇ ਗੁੱਡ ਆਫਟਰਨੂਨ। ਮੈਂ ਆ ਤੁਹਾਡਾ ਹੋਸਟ ਤੇ ਦੋਸਤ ਨਿਕ ਬਾਰਟ, ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਦਿਲ ਦੀਆਂ ਗੱਲਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ। ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਕਿਸੇ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਸ ਚੈਨਲ ਦੇ ਉੱਪਰ, ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਤੇ ਥੱਲੇ ਆ ਰਹੇ ਨੰਬਰ ਦੇ ਉੱਪਰ ਜੇ ਤੁਸੀਂ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਜਿਸ ਤਰ੍ਹਾਂ ਸਾਡੇ ਪਰਿਵਾਰ ਨੂੰ, ਜਸ ਪਰਿਵਾਰ ਨੂੰ 14 ਸਾਲ ਪੂਰੇ ਹੋਏ ਨੇ, ਉਹਦੀ ਵਰੇਗੰਢ ਜਿੱਥੇ ਅਸੀਂ ਮਨਾ ਰਹੇ ਹਾਂ, ਪੂਰਾ ਸਾਲ ਹੀ 14 ਸਾਲ ਦੀਆਂ ਗੱਲਾਂ ਹੋਣਗੀਆਂ, ਐਟਲੀਸਟ ਪੂਰਾ ਮੰਥ ਤਾਂ ਹੋਣਗੀਆਂ ਜਿੰਨੇ ਵੀ ਸ਼ੋਅਜ਼ ਦੇ ਵਿੱਚ। ਅਤੇ ਉੱਥੇ ਹੀ ਅੱਜ ਜਿੱਦਾਂ ਵੂਮੈਨਸ ਡੇ, ਇੰਟਰਨੈਸ਼ਨਲ ਵੂਮੈਨਸ ਡੇ ਹੈ ਪੂਰੀ ਦੁਨੀਆ ਦੇ ਵਿੱਚ, ਆਪਣੀਆਂ ਮਾਵਾਂ, ਭੈਣਾਂ, ਧੀਆਂ ਦਾ ਸਤਿਕਾਰ ਜਿਹੜਾ ਇੱਕ ਹੈ, ਇਹ ਦਿਨ ਜਿਹੜਾ ਇੱਕ ਬਣਾਇਆ ਗਿਆ ਵਾ, ਜਿੱਥੇ ਦੁਨੀਆ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਜਿੱਥੇ ਕਿਤੇ ਨਾ ਕਿਤੇ ਕੋਈ ਇਹੋ ਜਿਹੀਆਂ ਚੀਜ਼ਾਂ ਨੇ ਜਿੱਥੇ ਵੂਮੈਨਸ ਨੂੰ ਸਤਿਕਾਰ ਨਹੀਂ ਮਿਲਦਾ, ਮਾਵਾਂ, ਭੈਣਾਂ, ਧੀਆਂ ਨੂੰ ਸਤਿਕਾਰ ਨਹੀਂ ਮਿਲਦਾ, ਉੱਥੇ ਜਿੱਥੇ ਇਹੋ ਜਿਹੇ ਇੱਕ ਦਿਨ ਬਣਾਇਆ ਜਾਂਦਾ ਆ। ਅਤੇ ਉਹ ਇਹ ਗੱਲ ਮੈਂ ਤਾਂ ਖਾਸ ਕਰਕੇ ਕਰ ਰਿਹਾ ਵਾਂ ਕਿ ਜਿਹੜਾ ਸਾਡਾ ਜਸ ਪੰਜਾਬੀ ਪਰਿਵਾਰ ਹੈ, 14 ਸਾਲ ਪੂਰੇ ਕੀਤੇ ਨੇ, ਵੂਮੈਨਸ ਡੇ ਵੀ ਉਸੇ ਮੰਥ ਦੇ ਵਿੱਚ ਆਇਆ, ਅਤੇ ਉਸ ਦੇ ਵਿੱਚ ਜਿਹੜੇ ਸਾਡੇ CEO ਨੇ ਪੈਮੀ ਸੰਧੂ ਜੀ, ਉਹ ਵੀ ਵੂਮੈਨ ਨੇ, ਅਤੇ ਹੋਰ ਸਾਡੇ ਨਾਲ ਜਿੱਦਾਂ ਅਸ਼ਮਿਤਾ ਯੋਗੀ ਰਾਜ, ਅਰਵਿੰਦਰ ਕੌਰ ਜੀ, ਸਿਮਰਜੋਤ ਜੀ, ਇਹ ਸਾਡੀਆਂ ਜਿਹੜੀ ਇੱਕ ਪਾਵਰ ਹੈਗੀ ਆ ਸਭ ਤੋਂ ਵੱਡੀ ਸਾਡੇ ਸਟੂਡੀਓ ਦੀ ਜਿਹੜੀ, ਉਹ ਵੂਮੈਨਸ ਨੇ, ਅਤੇ ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਵਾਂ ਅੱਜ ਦੇ ਇਸ ਮੌਕੇ 'ਤੇ। ਸੋ ਦਰਸ਼ਕੋ, ਹਰ ਹਫ਼ਤੇ ਜਦੋਂ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਪ੍ਰੋਗਰਾਮ ਦਿਲ ਦੀਆਂ ਗੱਲਾਂ, ਅਤੇ ਉਸ ਦੇ ਵਿੱਚ ਦਿਲ ਦੀਆਂ ਗੱਲਾਂ ਹੁੰਦੀਆਂ ਨੇ, ਅਤੇ ਆਹ ਮੇਰੇ ਦਿਲ ਦੀ ਸਭ ਤੋਂ ਵੱਡੀ ਗੱਲ ਸੀ ਜਿਹੜੀ ਮੈਂ ਹੁਣੇ ਤੁਹਾਡੇ ਨਾਲ ਕਰਕੇ ਹਟਿਆ ਵਾਂ, ਅਤੇ ਤੁਹਾਡੇ ਵੀ ਦਿਲ ਦੀਆਂ ਕੋਈ ਵੀ ਗੱਲਾਂ ਹੋਣ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਿਓ। ਸੋ ਹਰ ਹਫ਼ਤੇ ਜਿਸ ਤਰ੍ਹਾਂ ਅਸੀਂ ਵਾਅਦਾ ਕਰਕੇ ਜਾਂਦੇ ਹਾਂ, ਪ੍ਰੋਗਰਾਮ ਜਦੋਂ ਖਤਮ ਹੁੰਦਾ ਵਾ ਉਦੋਂ ਅਸੀਂ ਇੱਕ ਵਾਅਦਾ ਕਰਦੇ ਹਾਂ ਆਪਣੇ ਦਰਸ਼ਕਾਂ ਦੇ ਨਾਲ ਕਿ ਅਗਲੇ ਹਫ਼ਤੇ ਤੁਹਾਡੇ ਲਈ ਅਸੀਂ ਹੋਰ ਵਧੀਆ ਲੈ ਕੇ ਆਵਾਂਗੇ, ਹੋਰ ਸੋਹਣਾ ਲੈ ਕੇ ਆਵਾਂਗੇ, ਹੋਰ ਨਿਖਰ ਕੇ ਆਵਾਂਗੇ, ਹੋਰ ਸੰਵਰ ਕੇ ਆਵਾਂਗੇ, ਹੋਰ ਸੱਜ ਕੇ ਆਵਾਂਗੇ, ਅਤੇ ਨਵਾਂ ਮਹਿਮਾਨ ਜਿਹੜਾ ਸਾਡਾ ਹੋਏਗਾ ਉਹ ਤੁਹਾਨੂੰ ਇੱਕ ਨਵੀਂ ਜਾਣਕਾਰੀ, ਇੱਕ ਨਵੀਂ ਸੋਚ, ਇੱਕ ਨਵੀਂ ਸੇਧ ਦੇਵੇਗਾ। ਸੋ ਦਿਲ ਦੀਆਂ ਗੱਲਾਂ ਉਹਨਾਂ ਦੀਆਂ ਅਤੇ ਸਾਡੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਸਾਡੇ ਅੱਜ ਦੇ ਜਿਹੜੇ ਮਹਿਮਾਨ ਨੇ, ਸਰਦਾਰ ਮਨਜੀਤ ਸਿੰਘ ਭੂਮਾ, ਜਿਹੜੇ ਕਿ ਰਿਲੇਟਡ ਨੇ, ਜਿੱਥੇ ਸੇਵਾ ਕਰਦੇ ਨੇ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਡਿਪਾਰਟਮੈਂਟ ਦੇ ਬਹੁਤ ਵੱਡੇ ਬੁਲਾਰੇ ਨੇ ਉੱਥੇ। ਉਸ ਦੇ ਨਾਲ ਹੀ ਇਹਨਾਂ ਦਾ ਜਿਹੜਾ ਪਾਸਟ ਹੈਗਾ ਵਾ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਨੇ ਕਾਫੀ ਲੰਬਾ ਅਰਸਾ। ਸੋ ਸਵਾਗਤ ਹੈ ਸਰ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗੱਲਾਂ 'ਤੇ। ਪੰਜਾਬੀ ਚੈਨਲ ਦੇਖ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਸ ਪੰਜਾਬੀ ਚੈਨਲ ਨੂੰ 14 ਸਾਲ ਪੂਰੇ ਕਰਨ ਤੇ ਮੁਬਾਰਕਬਾਦ ਪੇਸ਼ ਕਰਦਾ, ਤੇ ਜਸ ਚੈਨਲ ਨਾਲ ਜੁੜੇ ਹੋਏ ਦੇਸ਼ ਵਿਦੇਸ਼ ਦੀ ਸੰਗਤ ਜੋ ਸਾਡੇ ਨਾਲ ਹੁਣ ਸਾਂਝ ਪਾਈ ਬੈਠੀ ਆ, ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਆ ਤੇ ਸਾਡਾ ਸਹਿਯੋਗ ਕਰ ਰਹੇ ਆ। ਜੀ ਸਰ, ਸਵਾਗਤ ਹੈ ਬਹੁਤ ਬਹੁਤ। ਸੋ ਭੂਮਾ ਸਾਹਿਬ, ਆਪਾਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਇੱਥੋਂ ਕਿ ਸ਼ੁਰੂਆਤ ਕਿੱਥੋਂ ਹੁੰਦੀ ਆ ਭੂਮਾ ਸਾਹਿਬ ਦੀ, ਪਿੰਡ ਕਿਹੜਾ ਸੀ, ਸਕੂਲ ਕਿਹੜਾ ਸੀ, ਉਸ ਤੋਂ ਬਾਅਦ ਕਾਲਜ ਕਿਹੜਾ ਸੀ, ਅਤੇ ਉਹ ਸਾਰੀਆਂ ਗੱਲਾਂ ਜ਼ਰੂਰ ਆਪਾਂ ਦਰਸ਼ਕਾਂ ਦੱਸੀਏ, ਅਤੇ ਉਸ ਤੋਂ ਬਾਅਦ ਸਟੈਪ ਬਾਏ ਸਟੈਪ ਗੱਲਾਂ ਹੋਣਗੀਆਂ। ਪਿੰਡ ਮਜੀਠਾ ਵਿਧਾਨ ਸਭਾ ਹਲਕੇ ਦੇ ਵਿੱਚ ਪਿੰਡ ਭੂਮਾ ਪੈਂਦਾ ਜੀ, ਭੂਮਾ ਵਡਾਲਾ ਕਰਕੇ ਜਾਣਿਆ ਜਾਂਦਾ ਜੀ, ਤੇ ਵਡਾਲਾ ਪਿੰਡ ਜਿਹੜਾ ਵਾ ਉਹ ਜਿਹੜਾ ਪੰਜਾਬੀ ਦਾ ਪ੍ਰਸਿੱਧ ਕਵੀ ਹੋਇਆ ਕਵੀ ਸ਼ਾਹ ਮੁਹੰਮਦ, ਉਸਦਾ ਪਿੰਡ ਆ ਜਿਹਨੇ ਵੀਰ ਅਸੀਂ ਕਿੱਸਾ ਜਿਹੜਾ ਵਾ ਲਿਖਿਆ ਵਾ, ਸ਼ਾਹ ਮੁਹੰਮਦ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਇਹ ਸਾਡਾ ਜਿਹੜਾ ਵਾ ਪਿੰਡ ਆ ਭੂਮਾ ਵਡਾਲਾ, ਤੇ ਮੇਰਾ ਜਨਮ ਪਿੰਡ ਭੂਮੇ ਦਾ, ਪੜ੍ਹਿਆ ਮੈਂ ਪ੍ਰਾਇਮਰੀ ਸਕੂਲ ਭੂਮੇ ਤੋਂ ਪੰਜਵੀਂ ਤੱਕ, ਜਿਹੜੀ ਮੇਰੀ ਮੈਟ੍ਰਿਕ ਤੱਕ ਦੀ ਐਜੂਕੇਸ਼ਨ ਆ ਉਹ ਸਰਕਾਰੀ ਹਾਈ ਸਕੂਲ, ਸਰਕਾਰੀ ਹਾਈ ਸਕੂਲ ਵਡਾਲਾ ਵੀਰ ਭੂਮਾ ਤੋਂ ਆ ਮੇਰੀ।
उस तो बाद खालसा कॉलेज ते मैट्रिक तो बाद ही मैं संत बाबा जरनैल सिंह जी खालसा भिंडरांवालिया नाल अमर शहीद भाई अमरीक सिंह जी दे नाल जिहड़ा वा जुड़ गया सी। ते लम्मा समा फिर असी 1980 तो 84 तक सिख संघर्ष दे विच गुजारिया अपना महापुरखां दे अगवाई दे विच। 6 जून 1984 नूं जदों दरबार साहिब ते इंदिरा गांधी ने फौजां ते तोपां टैंकां नाल हमला कीता उस समय असी अंदर सी। उह लगातार इक हफ्ता 1 जून तों लै के 6 जून तक असी भारतीय फौज दा संत बाबा जरनैल सिंह जी खालसा भिंडरांवाले अमर शहीद भाई अमरीक सिंह जनरल सुबेग सिंह दी अगवाई दे विच भारतीय फौज दा जिस तरह मुकाबला कीता वा उन्हां ने अपने ढंग नाल ते जदों साडे घर साडे मक्के ते उन्हां हमला कीता ते फिर दरबार साहिब दी पवित्रता कायम रखदिआं जो साडे को होया वो असी कीता। उस तों बाद सानू 6 जून 1984 नूं भारतीय फौज ने दरबार साहब तो गिरफ्तार किया। 1 महीना लगातार फौजी कैंपां दे विच रखिया, बहुत तशद्दद, टार्चर, बहुत माड़ा खाना, फिर लुधियाणा जेल च, फिर नाभा जेल च। नाभा जेल दे विच भी सानू बहुत टॉर्चर किया गया, हाले जेल दे विच टॉर्चर कर नहीं सकते, रिमांड लै नहीं सकते। फिर हाई कोर्ट दे विच उत्थे रिट हुई सी साडे फैमिली मैंबरां ने कीती। फिर इन्हां नाभा जेल तों टॉर्चर सेंटर बंद करके ते लद्दा कोठी जिहड़ी बाद दे विच बहुत मशहूर होई आ उह फिर इन्हां संगरूर लद्दा कोठी इंटरोगेशन सेंटर बणाया, उत्थे खड़ के सानू महीना महीना जिहड़ा वा उत्थे बहुत जो भी कर सकदे सी उह साडे नाल पुट्ठियां टंगणा, मारना, करंट लाउणे, जो भी उह लम्मी इक दास्तान आ। उस तों बाद सानू 15 मार्च 1985 नूं पटियाले तों हैलीकाप्टरां राहीं काले बुरके पा के सानू जोधपुर जेल दे विच जिहड़ा वा शिफ्ट कीता गया। लम्मा समां असीं 1999 तक जोधपुर दी जेल दे विच रहे हां। उह सब तों जिहड़ी सिक्योरिटी जेल आ भारत दी सब तों वड्डी सिक्योरिटी जेल आ ते उह साडे करके बणाई गई सी। 5 साल असीं लगातार उस जेल च रहे ते फिर उत्थों असीं 1999 दे विच बिना शर्त रिहा होंदे आ ते आण के फिर असीं पंथ पंजाब दी सेवा दे विच जनतक तौर ते विचरदे आ, जनतक मूवमेंट पैदा करदे आ। 1999 दे विच असीं जनतक मूवमेंट पैदा करके श्रोमणी अकाली दल ते ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਮਾਨ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਕਿਉਂਕਿ ਉਹ ਹਲੇ ਫੈਡਰੇਸ਼ਨ ਦਾ ਹੀ ਬੋਲਬਾਲਾ ਸੀ ਤੇ ਫੈਡਰੇਸ਼ਨ ਨੇ ਜਿਹੜਾ ਵਾ ਪੰਥਕ ਉਮੀਦਵਾਰ ਜਿਹੜੇ ਆ ਸ਼ਹੀਦਾਂ ਦੇ ਪਰਿਵਾਰ ਕੁਰਬਾਨੀ ਵਾਲੇ ਪਰਿਵਾਰ ਜਿਹੜੇ ਆ ਲੋਕ ਸਭਾ ਦੀਆਂ ਚੋਣਾਂ 'ਚ ਖੜੇ ਕੀਤੇ ਸੀ ਤੇ ਉਹ ਅਸੀਂ 11 ਉਮੀਦਵਾਰ ਪੰਜਾਬ ਦੇ ਵਿੱਚੋਂ ਜਿਤਾ ਕੇ ਤੇ ਪਾਰਲੀਮੈਂਟ ਦੇ ਵਿੱਚ ਭੇਜੇ ਸੀ, ਜਿਨ੍ਹਾਂ ਦੇ ਵਿੱਚ ਬੀਬੀ ਬਿਮਲ ਕੌਰ ਖਾਲਸਾ, ਸਰਦਾਰ ਕਿਰਪਾਲ ਸਿੰਘ ਜੀ, ਧਿਆਨ ਸਿੰਘ ਮੰਡ ਤੇ ਕਾਂਸ਼ੀ ਰਾਮ ਵੀ ਤੇ ਦੋ ਦੋ ਤਿੰਨ ਸੀ BSP ਦੇ। ਇਸ ਤਰ੍ਹਾਂ ਇਤਾਦਿਕ ਭਾਈ ਅਤਿੰਦਰਪਾਲ ਸਿੰਘ ਜੀ, ਬਾਪੂ ਮਲੋਆ ਜੀ ਤੇ ਇਸ ਤਰ੍ਹਾਂ ਕਰਕੇ ਜਿਹੜੇ ਆ 11 ਕੈਂਡੀਡੇਟ ਸੀ ਜਿਹੜੇ ਅਸੀਂ ਜਿਤਾ ਕੇ ਪਾਰਲੀਮੈਂਟ 'ਚ ਉਸ ਵੇਲੇ ਜਿਹੜੇ ਆ ਭੇਜੇ ਸੀ। ਉਸ ਸਮੇਂ ਤੋਂ ਲੈ ਕੇ ਫਿਰ ਅਸੀਂ ਫੈਡਰੇਸ਼ਨ ਵੱਲੋਂ ਲਗਾਤਾਰ ਜਨਤਕ ਤੌਰ ਤੇ 1991 ਦੀਆਂ ਚੋਣਾਂ ਵੀ ਅਸੀਂ ਜਿਹੜੀਆਂ ਨੇ ਫੈਡਰੇਸ਼ਨ ਵੱਲੋਂ ਲੜੀਆਂ। ਉਦੋਂ ਮੈਂ ਪੰਜਾਬ ਸਮੁੱਚੇ ਦਾ ਇਲੈਕਸ਼ਨ ਇੰਚਾਰਜ ਸੀ, ਜਿਹੜੀਆਂ 24 ਘੰਟੇ ਪਹਿਲਾਂ ਜਿਹੜੀਆਂ ਨੇ ਨਰਸਿਮਾ ਰਾਓ ਨੇ ਜਿਹੜੀਆਂ ਨੇ ਪੋਸਟਪੋਨ ਕਰ ਦਿੱਤੀਆਂ ਸੀ। 1992 ਦੀਆਂ ਚੋਣਾਂ ਜਿਹੜੀਆਂ ਨੇ ਉਹ ਸਾਡੇ ਭਰਾਵਾਂ ਨੇ ਡਾਕਟਰ ਸੋਹਣ ਸਿੰਘ ਦੀ ਪੰਥਕ ਕਮੇਟੀ ਨੇ ਬਾਈਕਾਟ ਦਾ ਸੱਦਾ ਦੇ ਕੇ ਬੰਦੂਕ ਦੀ ਜ਼ੋਰ ਦੇ ਵਿੱਚ ਉਹ ਸਾਰੀਆਂ ਸਾਥੀਆਂ ਸਾਡੇ ਕੋਲੋਂ, ਮਾਨ ਦਲ ਕੋਲੋਂ, ਟਕਸਾਲ ਕੋਲੋਂ, ਹੋਰ ਵੀ ਜੋ ਪੰਥਕ ਧਿਰਾਂ ਸੀ, ਉਹ ਹਲੇ 3 ਹੀ ਧਿਰਾਂ ਸੀ, ਟਕਸਾਲ, ਫੈਡਰੇਸ਼ਨ ਤੇ ਮਾਨ, ਸਾਥੋਂ ਜ਼ਬਰਦਸਤੀ ਇਹਨਾਂ ਬੰਦੂਕ ਦੀ ਨੋਰ ਤੇ ਜਿਹੜਾ ਵਾ ਬਾਈਕਾਟ ਕਰਾ ਕੇ ਜਿਹੜਾ ਵਾ ਤੇ ਉਸ ਵੇਲੇ ਜਿਹੜੀ ਆ ਸਤਾ ਜਿਹੜੀ ਆ ਬੇਅੰਤ ਸਿੰਘ ਜੀ ਨੂੰ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੌਂਪ ਦਿੱਤੀ ਤੇ ਸਾਨੂੰ ਜਿਹੜਾ ਵਾ ਪੰਜਾਬ ਦੀ ਰਾਸ਼ਟਰਤਾ ਤੋਂ ਜਿਹੜਾ ਵਾ ਉਸ ਵੇਲੇ ਪਾਸੇ ਹੋਣਾ ਪਿਆ। ਜੇ ਖਾੜਕੂ ਸਾਡੇ ਵੀਰ ਧੱਕੇ ਨਾਲ ਬਾਈਕਾਟ ਨਾ ਕਰਾਉਂਦੇ
ਉਸ ਵੇਲੇ ਸਤਾ ਜਿਹੜੀ ਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੋਲ ਜਿਹੜੀ ਆ ਹੋਣੀ ਸੀ, ਮਾਨਦਲ ਹੋਣੀ ਸੀ, ਟਕਸਾਲ ਹੋਣੀ ਸੀ, ਤੇ ਉਹ ਬਹੁਤ ਸਾਨੂੰ ਘਾਟਾ ਪਿਆ। ਉਹਦੇ ਕਰਕੇ ਜਿਹੜੇ ਆ ਸਾਡੇ ਪੰਜਾਬ ਦੇ ਰਾਜਨੀਤਿਕ ਮੈਦਾਨ ਚੋਂ, ਸਿਆਸੀ ਮੈਦਾਨ ਚੋਂ ਜਿਹੜੇ ਆ ਪੈਰ ਜਿਹੜੇ ਆ ਉਖੜ ਗਏ, ਤੇ ਬੜਾ ਵਿਖੜਾ ਸਮਾਂ ਜਿਹੜਾ ਵਾ, ਫਿਰ ਸਾਨੂੰ ਲੰਮਾ ਸਮਾਂ ਜਿਹੜਾ ਵਾ ਉਹ ਵਿਖੜੇ ਪੈੜਿਆਂ ਦੇ ਵਿੱਚ ਹੀ ਜਿਹੜਾ ਵਾ ਚੱਲਣਾ ਪਿਆ। ਕਦੇ ਫਿਰ ਬਾਦਲ ਦੀ ਸਰਕਾਰ ਤੇ, ਕਦੇ ਕੈਪਟਨ ਦੀ ਸਰਕਾਰ ਤੇ, ਪਹਿਲਾਂ ਬੇਅੰਤ ਸਿੰਘ ਦੀ ਜਿਹੜੀ ਆ ਸਰਕਾਰ ਜਿਹੜੀ ਆ ਬਣੀ ਆ, ਤੇ ਹੁਣ ਸਾਰੀਆਂ ਪੰਥਕ ਧਿਰਾਂ ਨੇ, ਅਸੀਂ ਸਰਦਾਰ ਸੰਦੇਵ ਸਿੰਘ ਜੀ ਢੀਂਡਸਾ ਸਾਹਿਬ ਦੀ ਅਗਵਾਈ ਦੇ ਵਿੱਚ ਹੁਣ ਬਾਦਲ ਪਰਿਵਾਰ ਤੋਂ ਅਕਾਲੀ ਦਲ ਮੁਕਤ ਮੁਕਤ ਕਰਾਉਣ ਲਈ ਇੱਕ ਟੀਚਾ ਮਿਥਿਆ, ਇੱਕ ਗੋਲ ਮਿਥਿਆ ਵਾ, ਉਸਦੀ ਸੇਧ ਦੇ ਵਿੱਚ ਅਸੀਂ ਅੱਗੇ ਵੱਧ ਰਹੇ ਹਾਂ। ਇਹ ਮੇਰਾ ਅੱਜ ਤੱਕ ਦਾ ਸਫ਼ਰ ਜੀ ਸਰ। ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚਾਹਾਂਗਾ ਕਿ ਜਿਹੜਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਆ, ਇਹ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹੈ। ਕੋਈ ਇੱਕ ਆਮ ਜਾਂ ਖਾਸ ਪੋਲੀਟੀਕਲ ਪਾਰਟੀ ਦੇ ਉੱਪਰ ਗੱਲ ਨਹੀਂ ਹੋ ਰਹੀ ਆ, ਗੱਲ ਹੋ ਰਹੀ ਆ ਦਿਲ ਦੀਆਂ ਗੱਲਾਂ। ਜਿਹੜੇ ਭਾਈ ਸਾਹਿਬ ਸਾਡੇ ਨਾਲ ਅੱਜ ਜੁੜੇ ਨੇ, ਮਨਜੀਤ ਸਿੰਘ ਭੋਮਾ, ਇਹਨਾਂ ਦਾ ਲਾਈਫ ਐਕਸਪੀਰੀਅੰਸ, ਜਦੋਂ ਇਹਨਾਂ ਦੇ ਨਾਲ ਗੱਲਬਾਤ ਹੋਈ ਸਾਡੀ, ਤਾਂ ਅਸੀਂ ਕਿਹਾ ਕਿ ਇਸ ਚੀਜ਼ ਨੂੰ ਅਸੀਂ ਪਬਲਿਕ ਤੱਕ ਲੈ ਕੇ ਆਉਣਾ ਵਾ, ਕਿਉਂਕਿ ਜਿਹੜੀ ਦੁਨੀਆ ਦੇ ਉੱਤੇ ਚੀਜ਼ਾਂ ਚੱਲ ਰਹੀਆਂ ਨੇ, ਹਰ ਮੁਲਕ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਚੀਜ਼ ਹੈਗੀ ਆ ਵੋਟ, ਜਿਹੜੀ ਸਰਕਾਰ ਬਣਾਉਂਦੀ ਆ, ਸਰਕਾਰ ਨੂੰ ਬਣਾਉਣ ਵਾਲਾ ਆਮ ਨਾਗਰਿਕ ਹੈ, ਜਿਹੜਾ ਉਸ ਦੇਸ਼ ਦਾ ਨਾਗਰਿਕ ਹੈ ਉਹੀ ਵੋਟ ਪਾ ਸਕਦਾ ਆ। ਅਤੇ ਜਦੋਂ ਉਹ ਨਾਗਰਿਕ ਦੇ ਨਾਲ ਉਹ ਸਰਕਾਰ ਇਨਸਾਫ਼ ਨਹੀਂ ਕਰਦੀ, ਜਦੋਂ ਉਸ ਨਾਗਰਿਕ ਨੂੰ ਦਰ ਦਰ ਧੱਕੇ ਖਾਣੇ ਪੈਂਦੇ ਨੇ, ਜਦੋਂ ਉਸੇ ਦੇਸ਼ ਦੇ ਨਾਗਰਿਕ ਨੂੰ ਜਿਸ ਤਰ੍ਹਾਂ ਦੇ ਐਕਸਪੀਰੀਅੰਸ ਇਹਨਾਂ ਦੇ ਨੇ ਉਹ ਕਰਨੇ ਪੈਂਦੇ ਨੇ, ਉਸੇ ਦੇਸ਼ ਦੇ ਨਾਗਰਿਕ ਨੂੰ ਜਦੋਂ ਕਈ ਹੋਰ ਚੀਜ਼ਾਂ ਨੇ ਜਿਨ੍ਹਾਂ ਦਾ ਆਪਾਂ ਸਿੱਧੇ ਤੌਰ 'ਤੇ ਗੱਲ ਨਹੀਂ ਕਰ ਸਕਦੇ, ਉਹ ਚੀਜ਼ਾਂ ਨੂੰ ਜਦੋਂ ਫੇਸ ਕਰਨਾ ਪੈਂਦਾ ਵਾ ਤਾਂ ਦਿਲ ਕਿਤੇ ਦੁੱਖਦਾ ਆ। ਅਤੇ ਹੁਣ ਸਮਾਂ ਜਿਹੜਾ ਮੌਜੂਦਾ ਸਮਾਂ ਦੇ ਵਿੱਚ ਤੁਸੀਂ ਦੇਖ ਲਓ ਕਿ ਜਿਹੜੇ ਵੋਟਰ ਨੇ, ਜਿਨ੍ਹਾਂ ਨੇ ਸਰਕਾਰ ਬਣਾਈ ਆ, ਵੋਟਾਂ ਪਾਈਆਂ ਨੇ, ਉਹ ਸਭ ਤੋਂ ਜ਼ਿਆਦਾ ਗਿਣਤੀ ਜਿਹੜੀ ਵੋਟਰਸ ਦੀ ਹੁੰਦੀ ਆ ਉਹ ਹੁੰਦੀ ਆ ਜਿਹੜੇ ਇੱਕ ਮਜ਼ਦੂਰ, ਫਾਰਮਰਸ, ਜਿੰਨੇ ਵੀ ਇਸ ਟਾਈਮ ਬਾਰਡਰ 'ਤੇ ਬੈਠੇ ਨੇ ਦਿੱਲੀ ਦੇ ਬਾਰਡਰ 'ਤੇ ਜਾ ਕੇ। ਬੜੀ ਸ਼ਰਮਨਾਕ ਗੱਲ ਹੈਗੀ ਆ ਕਿ ਆਪਣੇ ਹੀ ਮੁਲਕ ਦੇ ਵਿੱਚ, ਆਪਣੇ ਹੀ ਇੱਕ ਰਾਜਧਾਨੀ, ਜਿੱਥੇ ਉਹ ਜਿਹੜੀਆਂ ਕੁਰਸੀਆਂ ਜਿਹੜੀਆਂ ਦਿੱਤੀਆਂ ਨੇ ਅਸੀਂ ਸਰਕਾਰ ਨੂੰ, ਜਿੱਥੇ ਕੁਰਸੀਆਂ ਦੇ ਉੱਪਰ ਉਹ ਅਸੀਂ ਨੁਮਾਇੰਦਾ ਨਿਭਾਏ ਨੇ, ਉੱਥੇ ਹੀ ਇੱਕ ਵੱਖਰਾ ਬਾਰਡਰ ਬਣ ਕੇ, ਅਤੇ ਉੱਥੇ 100 ਦਿਨ ਹੋ ਗਏ ਨੇ ਬੈਠੇ ਨੇ ਸਾਡੇ ਵੀਰ ਭੈਣ ਭਰਾ, ਉਸ ਉਸ ਮੁਲਕ ਦੇ ਵੋਟਰ ਨੇ ਉਹ। ਅਤੇ ਸੋਚਣ ਵਾਲੀ ਗੱਲ ਆ। ਹੋਰ ਵੀ ਬਹੁਤ ਸਾਰੀਆਂ ਗੱਲਾਂ ਭਾਈ ਸਾਹਿਬ ਕੋਲ ਨੇ, ਜਿੱਥੇ ਇਹਨਾਂ ਦੀ ਇੰਟਰੋਡਕਸ਼ਨ ਹੈ ਉਸ ਦੇ ਵਿੱਚ ਜਿਹੜੀ ਇਹਨਾਂ ਦੀ ਸੇਵਾ ਆ, ਇਹ ਗੱਲ ਸੀਗੀ 89 ਤੱਕ ਦੀ, ਉਸ ਦੇ ਬਾਅਦ 'ਚ ਅੱਗੇ ਅੱਗੇ ਜਿਹੜੀਆਂ ਇਹਨਾਂ ਦੀ ਸੇਵਾਵਾਂ ਨੇ ਹੁਣ ਕੀ ਕਰਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ। ਦਰਸ਼ਕੋ ਜੁੜੇ ਰਹੋ ਸਾਡੇ ਨਾਲ, ਇਸੇ ਤਰ੍ਹਾਂ ਮਿਲਾ ਹੋ ਚੱਲਿਆ ਇੱਕ ਬ੍ਰੇਕ ਦਾ ਲੈਣਾ, ਇੱਕ ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਹਰ ਹਫ਼ਤੇ ਸੋਮਵਾਰ ਨੂੰ ਤੁਹਾਡੇ ਲਈ ਦਿਲ ਦੀਆਂ ਗੱਲਾਂ ਦੇ ਵਿੱਚ ਇੱਕ ਖਾਸ ਮਹਿਮਾਨ ਲੈ ਕੇ ਆਉਂਦੇ ਹਾਂ, ਅਤੇ ਉਹਨਾਂ ਦੇ ਦਿਲ ਦੀਆਂ ਗੱਲਾਂ, ਉਹਨਾਂ ਦਾ ਲਾਈਫ ਦਾ ਐਕਸਪੀਰੀਅੰਸ, ਉਹ ਭਾਵੇਂ ਦੂਸਰੇ ਮੁਲਕਾਂ 'ਚ ਹੋਣ ਜਾਂ ਆਪਣੇ ਮੁਲਕ ਦੇ ਵਿੱਚ ਹੋਣ, ਇੰਡੀਆ 'ਚ ਹੋਣ, ਅਬਰੋਡ ਹੋਣ, ਆਸਟ੍ਰੇਲੀਆ 'ਚ ਹੋਣ, ਨਿਊਜ਼ੀਲੈਂਡ 'ਚ ਹੋਣ, ਕੈਨੇਡਾ 'ਚ ਹੋਣ, ਅਮੈਰੀਕਾ ਦੇ ਵਿੱਚ ਹੋਣ, ਜਿੱਥੇ ਵੀ ਹੋਣ, ਉਹਨਾਂ ਦੇ ਦਿਲ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਕਿਉਂਕਿ ਇਹ ਜਿਹੜਾ ਸਾਡਾ ਚੈਨਲ ਹੈ, ਜਿਹੜਾ ਇਹਦਾ ਮਾਧਿਅਮ ਹੈਗਾ ਵਾ, ਪੂਰੀ ਦੁਨੀਆ ਦੇ ਵਿੱਚ ਪ੍ਰਸਾਰਿਤ ਹੁੰਦਾ ਵਾ, ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਵੱਖਰੇ ਵੱਖਰੇ ਸਮੇਂ ਦੇ ਉੱਪਰ ਸਾਰੇ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਨੇ, ਅਤੇ ਸਾਡਾ ਜਿਹੜੀ ਆਡੀਅੰਸ ਆ ਉਹਨਾਂ ਦਾ ਬਹੁਤ ਪਿਆਰ ਮਿਲਦਾ ਸਾਨੂੰ। ਕਿਸੇ ਵੀ ਤਰੀਕੇ ਦਾ ਤੁਹਾਡਾ ਕੋਈ ਬਿਜ਼ਨਸ ਹੈਗਾ ਵਾ, ਕੋਈ ਈਵੈਂਟ ਹੈਗਾ ਵਾ, ਤੁਹਾਡੀ ਲਾਈਫ ਦਾ ਕੋਈ ਵੀ ਐਕਸਪੀਰੀਅੰਸ ਹੈਗਾ ਵਾ, ਤੁਹਾਡੇ ਅੰਦਰ ਕੋਈ ਵੀ ਟੈਲੈਂਟ ਹੈਗਾ ਵਾ, ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਥੱਲੇ ਲਿਖੇ ਐਡਰੈਸ ਦੇ ਉੱਪਰ, nick@justbroadcasting.com ਦੇ ਉੱਪਰ, ਜਾਂ ਫਿਰ info@justbroadcasting.com ਦੇ ਉੱਪਰ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਜਸ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ, ਅਤੇ ਆਪਣੇ ਦਿਲ ਦੀ ਗੱਲ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ। ਅਤੇ ਅੱਜ ਦੇ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਅਤੇ ਥੱਲੇ ਲਿਖੇ ਨੰਬਰ ਦੇ ਉੱਪਰ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਸਾਡੇ ਪਰਿਵਾਰ ਦਾ ਹਿੱਸਾ ਬਣੋ, ਅਤੇ ਅਸੀਂ ਤੁਹਾਡੇ ਪਰਿਵਾਰ ਦਾ ਹਿੱਸਾ 14 ਸਾਲ ਹੋ ਗਏ ਆ ਬਣੇ ਹਾਂ, ਤੁਸੀਂ ਸਾਨੂੰ ਦੇਖਦੇ ਹਾਂ, ਸਾਨੂੰ ਪਿਆਰ ਕਰਦੇ ਹਾਂ, ਸਾਨੂੰ ਸਲਾਹੁੰਦੇ ਹਾਂ, ਅਤੇ ਸਾਡਾ ਦਿਲ ਬਾਗੋ ਬਾਗ ਹੋ ਜਾਂਦਾ ਵਾ। ਕਾਲਰਸ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਪਰ ਸਵਾਗਤ ਕਰਦੇ ਹਾਂ ਮਨਜੀਤ ਸਿੰਘ ਭੋਮਾ ਸਾਹਿਬ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਸੋ ਉਹ ਭੋਮਾ ਸਾਹਿਬ, ਆਪਾਂ ਗੱਲ ਕਰ ਰਹੇ ਸੀਗੇ ਜਿਹੜਾ ਤੁਸੀਂ ਐਕਸਪੀਰੀਅੰਸ ਕੀਤਾ ਲਾਈਫ ਦੇ ਵਿੱਚ, ਕਿ ਇੰਨਾ ਜਿਹੜਾ ਜਿਹੜੀ ਮੰਦਭਾਗਾ ਸਮਾਂ ਆਪਾਂ ਕਹਿ ਦੇਵਾਂਗੇ ਜਿਹੜਾ ਉਹ ਤੁਸੀਂ ਹੰਢਾਇਆ ਵਾ ਆਪਣੇ ਉੱਤੇ,
ਤਾਂ ਉਸ ਦਾ ਜਿਹੜਾ ਐਕਸਪੀਰੀਅੰਸ ਸੀਗਾ ਤੁਸੀਂ ਦੱਸਿਆ, ਤਾਂ ਉਸ ਦੇ ਵਿੱਚ ਹੁਣ ਵੀ ਤੁਸੀਂ ਮੌਜੂਦ ਹੋ ਉਸੇ ਪੰਜਾਬ ਦੀ ਮਿੱਟੀ 'ਤੇ, ਉਸੇ ਪੰਜਾਬ ਦੀ ਧਰਤੀ 'ਤੇ, ਉੱਥੇ ਹੀ ਤੁਸੀਂ ਫਿਰ ਸੇਵਾ ਕਰ ਰਹੇ ਹੋ, ਕਿਉਂਕਿ ਜਿਹੜਾ ਇੱਕ ਸੱਚਾ ਸੁਚੱਜਾ ਇਨਸਾਨ ਹੁੰਦਾ ਵਾ, ਜਿਹੜਾ ਕੌਮ ਦੀ ਸੇਵਾ ਵਾਸਤੇ, ਦੇਸ਼ ਦੀ ਸੇਵਾ ਵਾਸਤੇ, ਪੰਥ ਦੀ ਸੇਵਾ ਵਾਸਤੇ, ਕੌਮ ਦੀ ਸੇਵਾ ਵਾਸਤੇ, ਆਪਣੀ ਧਰਤੀ ਦੀ ਸੇਵਾ ਵਾਸਤੇ ਜਦੋਂ ਕੋਈ ਪ੍ਰਣ ਕਰ ਲੈਂਦਾ, ਵਾਅਦਾ ਕਰ ਲੈਂਦਾ ਵਾ, ਅਤੇ ਉਹ ਫੌਜੀ ਬਣ ਜਾਂਦਾ ਆ ਆਪਣੀ ਧਰਤੀ ਦਾ, ਜਿੱਥੇ ਮੈਂ ਗੱਲ ਕਰ ਰਿਹਾ ਸੀਗਾ ਕਿ ਜਨਮ ਭੂਮੀ ਕਹਿ ਦਿੰਦੇ ਹਾਂ ਜਾਂ ਮਦਰਲੈਂਡ ਕਹਿ ਦਿੰਦੇ ਹਾਂ, ਕਹਿ ਨਹੀਂ ਦਿੰਦੇ ਹਾਂ, ਕਹਿੰਦੇ ਹਾਂ ਕਿ ਜਿੱਥੇ ਸਾਡਾ ਜਨਮ ਹੋਇਆ ਵਾ ਉਹ ਮਾਂ ਵਾ, ਸਾਡੀ ਧਰਤੀ ਮਾਂ ਵਾ, ਤਾਂ ਉੱਥੇ ਸਾਡਾ ਫਰਜ਼ ਬਣਦਾ ਆ ਕਿ ਅਸੀਂ ਸੱਚੀ ਸੁੱਚੀ ਨੀਤ ਦੇ ਨਾਲ ਉਸ ਦੇਸ਼ ਦੀ ਸੇਵਾ ਕਰੀਏ, ਉਸ ਕੌਮ ਦੀ ਸੇਵਾ ਕਰੀਏ। ਜਿਸ ਤਰ੍ਹਾਂ ਅੱਜ ਵੁਮੈਨਸ ਡੇ ਹੈਗਾ ਵਾ, ਅਤੇ ਆਪਾਂ ਆਪਣੀ ਧਰਤੀ ਨੂੰ, ਆਪਣੀ ਸਰਜਮੀਨ ਨੂੰ ਇੱਕ ਮਾਂ ਦਾ ਰੁਤਬਾ ਦਿੱਤਾ ਆ, ਇੱਕ ਵੁਮਨ ਦਾ ਰੁਤਬਾ ਦਿੱਤਾ ਵਾ, ਉਹਦੇ ਵਿੱਚ ਜਿੱਥੇ ਆਪਾਂ ਹੁਣ ਗੱਲ ਕਰ ਰਹੇ ਸੀਗੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ, ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਦੋਂ ਗੱਲ ਆਉਂਦੀ ਆ, ਤਾਂ ਕਿਤੇ ਨਾ ਕਿਤੇ ਕਈਆਂ ਦੇ ਉਹਦੇ ਵਿੱਚ ਭੁਲੇਖੇ ਨੇ ਦਿਮਾਗ ਦੇ, ਜਾਂ ਉਹਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਲਿਆ ਜਾਂਦਾ, ਉਸ 'ਤੇ ਉੱਪਰ ਹੀ ਵਿਚਾਰ ਕਰਦੇ ਹਾਂ ਕਰੋ। ਅਤੇ ਅੱਜ ਦਾ ਜਿਹੜਾ ਦਿਨ ਹੈਗਾ ਵਾ ਕਿ ਸਾਡੀ ਸਾਡੀ ਕੌਮ ਵਾਸਤੇ, ਸਾਡੇ ਦੇਸ਼ ਵਾਸਤੇ ਕੀ ਫਰਜ਼ ਨੇ, ਉਹ ਵੀ ਜ਼ਰੂਰ। ਹਾਂਜੀ, ਆਵਾਜ਼ ਆ ਰਹੀ ਜੀ? ਆਵਾਜ਼ ਆ ਰਹੀ। ਮੈਂ ਤੁਸੀਂ ਸਵਾਲ ਕੀ ਪੁੱਛਿਆ ਹੁਣ? ਸਵਾਲ ਇਹੋ ਹੀ ਆ ਕਿ ਜਿੱਦਾਂ ਆਪਾਂ ਜਨਮ ਭੂਮੀ ਕਹਿ ਦਿੰਦੇ ਹਾਂ, ਮਦਰਲੈਂਡ ਕਹਿ ਦਿੰਦੇ ਹਾਂ, ਕਹਿੰਦੇ ਹਾਂ, ਹੈ ਨਾ, ਤਾਂ ਉਸ ਦੇਸ਼ ਦੇ ਵਿੱਚ ਜਿੱਥੇ ਸਾਡਾ ਜਨਮ ਹੁੰਦਾ, ਜਿੱਦਾਂ ਸਾਡਾ ਜਨਮ ਹੋਇਆ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ, ਸਾਡੇ ਬੱਚਿਆਂ ਦਾ ਜਨਮ ਅਮੈਰੀਕਾ ਦੇ ਵਿੱਚ ਹੋਇਆ, ਅਤੇ ਉਹ ਜਦੋਂ ਆਪਾਂ ਇੱਕ ਵੀ ਅੱਜ ਵੁਮੈਨਸ ਡੇ ਹੈਗਾ ਵਾ, ਉਹਦੇ ਉੱਪਰ ਜਦੋਂ ਆਪਾਂ ਆਪਣੀ ਜ਼ਮੀਨ ਨੂੰ, ਸਰਜਮੀਨ ਨੂੰ ਇੱਕ ਮਾਂ ਦਾ ਰੁਤਬਾ ਦਿੰਦੇ ਹਾਂ, ਉਸ ਦੇ ਵਿੱਚ ਸਾਡੇ ਫਰਜ਼ ਜਿਹੜੇ ਆਪਣੇ ਮੁਲਕ ਵਾਸਤੇ, ਆਪਣੀ ਕੌਮ ਵਾਸਤੇ ਨੇ, ਉਹਦੇ ਵਿੱਚ ਤੁਹਾਡਾ ਇੰਨਾ ਯੋਗਦਾਨ ਹੈਗਾ ਵਾ, ਅਤੇ ਉਹ ਸਾਡੇ ਜਿਹੜੇ ਦੇਖ ਰਹੇ ਨੇ ਆਡੀਅੰਸ ਆ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕੀ ਉਹਦੇ ਵਿੱਚ ਤੁਹਾਡੀ ਐਕਸਪੀਰੀਅੰਸ ਆ, ਜਾਂ ਅੱਗੇ ਕੀ ਸੋਚਿਆ ਆ? ਮਾਤਾ ਗੁਜਰ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਈ ਭਾਗੋ ਜੀ, ਮਾਤਾ ਸੁੰਦਰੀ ਜੀ, ਇਹ ਇੱਕ ਰੋਲ ਮਾਡਲ ਨੇ ਇਸਤਰੀਆਂ ਲਈ, ਬੇਟੀਆਂ ਲਈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਵਾ ਪੈਂਡਾ ਹੱਕ ਇਨਸਾਫ ਲਈ ਜਿਹੜੇ ਆ ਉਹ ਲੜੇ ਆ। ਵੇਖੋ, ਮਾਤਾ ਆਪਣੇ ਪੁੱਤਾਂ ਨੂੰ ਬਚਾਉਂਦੀਆਂ, ਪੋਤਰਿਆਂ ਨੂੰ ਬਚਾਉਂਦੀਆਂ ਨੇ, ਪਰ ਮਾਤਾ ਗੁਜਰ ਕੌਰ ਜੀ ਦਾ ਧੰਨ ਜਿਗਰਾ ਦੇਖੋ ਕਿ ਜਿਨ੍ਹਾਂ ਦਾ ਪਤੀ ਸ਼ਹੀਦ ਹੋਵੇ, ਪੋਤਰੇ ਵੱਡੇ ਵਿਛੜ ਚੁੱਕੇ ਹੋਣ, ਨੌਵਾਂ ਵਿੱਚ ਵਿਛੜ ਚੁੱਕੀਆਂ ਹੋਣ, ਦਸਵੇਂ ਪਾਤਸ਼ਾਹ ਵੀ ਵਿਛੜ ਚੁੱਕੇ ਹੋਣ, ਛੋਟੇ ਸਾਹਿਬਜ਼ਾਦੇ ਕੋਲ ਹੋਣ, ਅਤੇ ਉਹ ਦੁਸ਼ਮਣ ਦੇ ਜਿਹੜੇ ਆ ਸਕੰਜੇ ਦੇ ਵਿੱਚ ਹੋਣ, ਅਤੇ ਜਿਸ ਤਰ੍ਹਾਂ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਮਾਤਾ ਗੁਜਰ ਕੌਰ ਨੇ ਉਹਨਾਂ ਨੂੰ ਸਿੱਖਿਆ ਦੇ ਕੇ ਅਣਖ ਗੈਰਤ ਦੀ, ਹੱਕ ਸੱਚ ਇਨਸਾਫ਼ ਲਈ ਲੜ ਲਈ, ਆਪਣੇ ਅਕੀਦੇ 'ਤੇ ਰਹਿਣ ਲਈ ਜੋ ਸਿੱਖਿਆ ਦਿੱਤੀ ਆ, ਉਸ ਤੋਂ ਵੱਡਾ ਰੋਲ ਮਾਡਲ ਮਾਤਾ ਗੁਜਰ ਕੌਰ ਤੋਂ ਇਸ ਦੁਨੀਆਂ ਦੇ ਵਿੱਚ ਹੀ ਕੋਈ ਨਹੀਂ ਹੋ ਸਕਦਾ ਜੀ। ਮਾਤਾ ਭਾਗ ਕੌਰ ਜੀ, ਜਦੋਂ ਭਾਈ ਮਾਹ ਸਿੰਘ ਹੋਣੀ ਆਨੰਦਪੁਰੋਂ ਬਦਾਵਾ ਦੇ ਕੇ ਦਸਵੇਂ ਪਾਤਸ਼ਾਹ ਨੂੰ ਆਉਂਦੇ ਆ, ਤੇ ਮਾਤਾ ਭਾਗ ਕੌਰ ਨੇ ਕਿਹਾ ਸੀ ਆ ਚੂੜੀਆਂ ਤੁਸੀਂ ਪਹਿਨੋ ਤੇ ਤਲਵਾਰਾਂ ਸਾਨੂੰ ਫੜਾਓ, ਤੇ ਅਸੀਂ ਹੁਣ ਦਸਵੇਂ ਪਾਤਸ਼ਾਹ ਨਾਲ ਲੜ ਕੇ ਜਾ ਕੇ ਤੇ ਮੈਦਾਨੇ ਜੰਗ ਦੇ ਵਿੱਚ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਉਹ ਟੁੰਬਣਾ ਹੀ ਸੀ ਮਾਤਾ ਭਾਗ ਕੌਰਾਂ ਦੀ ਕਿ ਭਾਈ ਮਾਹ ਸਿੰਘ ਹੋਣਾਂ ਨੂੰ ਵੀ ਮਗਰ ਲੱਗ ਕੇ ਮਾਈ ਭਾਗੋ ਦੇ ਤੇ ਗੁਰੂ ਕੀ ਢਾਬ ਮੁਕਤਸਰ ਜਿਹੜਾ ਜਾ ਕੇ ਦਸਮ ਪਾਤਸ਼ਾਹ ਦੇ ਨਾਲ ਫਿਰ ਸਾਥ ਦੇਣਾ ਪਿਆ। ਉੱਥੇ ਜੰਗ ਹੋਈ ਤੇ ਉਹ ਬਦਾਵਾ ਸਾਰੀ ਕੌਮ ਨੂੰ ਪਤਾ, ਸਾਰੇ ਜਗਤ ਨੂੰ ਪਤਾ ਕਿ ਉਹ ਕਿਵੇਂ ਫਿਰ ਜਦੋਂ ਭਾਈ ਮਾਹ ਸਿੰਘ ਸ਼ਹੀਦ ਹੁੰਦੇ ਆ ਤੇ ਗੁਰੂ ਸਾਹਿਬ ਦੇ ਪੱਟਾਂ ਤੇ ਪਏ ਹੁੰਦੇ ਆ, ਤੇ ਗੁਰੂ ਸਾਹਿਬ ਉਹਨਾਂ ਨੂੰ ਪੁੱਛਦੇ ਆ ਵੀ ਮਾਹ ਸਿੰਘ ਮੰਗ, ਕੋਈ ਮੰਗਣਾ ਜਿਹੜੀ ਤੇਰੇ ਦਿਲ ਦੀ ਕੋਈ ਅਧੂਰੀ ਖਾਹਿਸ਼ ਰਹਿ ਗਈ ਹੋਵੇ,
ਤੇ ਉਹਨੇ ਕੁਛ ਨਹੀਂ ਮੰਗਿਆ। ਉਹਨੇ ਕਿਹਾ ਸੱਚੇ ਪਾਤਸ਼ਾਹ ਇੱਕ ਗਲਤੀ ਹੋ ਗਈ ਸੀ, ਜਿਹੜਾ ਬਦਾਵਾ ਤੁਹਾਨੂੰ ਲਿਖਿਆ ਸੀ ਉਹ ਸਾਡੀਆਂ ਅੱਖਾਂ ਸਾਹਮਣੇ ਪਾੜ ਦਿਓ। ਤੇ ਦਸਵੇਂ ਪਾਤਸ਼ਾਹ ਨੇ ਆਪਣੇ ਕਮਰ ਕੱਸੇ ਵਿੱਚੋਂ ਕੱਢ ਕੇ ਉਹ ਬਦਾਵਾ ਜਿਹੜਾ ਵਾ ਉਹਨਾਂ ਦੇ ਭਾਈ ਮਾਹ ਸਿੰਘ ਦੇ ਸਾਹਮਣੇ ਜਿਹੜਾ ਵਾ ਪਾੜਿਆ ਸੀ। ਪਰ ਇੱਥੋਂ ਤੱਕ ਲੈ ਕੇ ਆਉਣ ਵਾਲੀ ਉਹ ਮਾਤਾ ਭਾਈ ਮਾਤਾ ਭਾਗ ਕੌਰ ਸੀ। ਸੋ ਸਾਨੂੰ ਅੱਜ ਦੇ ਦਿਨ ਦੇ ਉੱਤੇ ਆਪਣੀਆਂ ਬੇਟੀਆਂ ਨੂੰ ਭੈਣਾਂ ਨੂੰ ਵੱਧ ਤੋਂ ਵੱਧ ਐਜੂਕੇਟ ਕਰਕੇ ਪਰ ਨਾਲ ਹੀ ਬਾਣੀ ਤੇ ਬਾਣੇ ਦੇ ਨਾਲ ਜੋੜ ਕੇ ਜਿੱਥੇ ਸਾਨੂੰ ਐਜੂਕੇਸ਼ਨ ਗਿਆਨ ਦਿੰਦੀ ਆ ਉੱਥੇ ਸਾਨੂੰ ਜਿਹੜਾ ਵਾ ਧਰਮ ਜਿਹੜਾ ਵਾ ਅਣਖ ਗੈਰਤ ਤੇ ਇਨਸਾਫ ਲਈ ਲੜਨਾ ਸਿਖਾਉਂਦਾ। ਇਹ ਦੋਵੇਂ ਚੀਜ਼ਾਂ ਆਪਾਂ ਨੂੰ ਬੈਲੈਂਸ ਕਰਕੇ ਜਿਹੜੀਆਂ ਨੇ ਅੱਗੇ ਜਿਹੜਾ ਵਾ ਵਧਣਾ ਚਾਹੀਦਾ ਵਾ। ਤੇ ਮਾਤਾ ਗੁਜਰ ਕੌਰ ਤੇ ਮਾਤਾ ਜੀ ਭਾਗ ਕੌਰ ਵਰਗੀਆਂ ਮਹਾਨ ਮਾਤਾਵਾਂ ਕੋਲੋਂ ਅੱਜ ਦੀਆਂ ਭੈਣਾਂ ਬੇਟੀਆਂ ਮਾਤਾਵਾਂ ਨੂੰ ਜਿਹੜਾ ਵਾ ਪ੍ਰੇਰਨਾ ਲੈ ਕੇ ਤੇ ਜ਼ਿੰਦਗੀ ਦੇ ਸੰਘਰਸ਼ ਦੇ ਵਿੱਚ ਹੱਕ ਸੱਚ ਇਨਸਾਫ ਲਈ ਲੜਨ ਲਈ ਅੱਗੇ ਆਉਣਾ ਚਾਹੀਦਾ। ਜੀ ਜੀ ਬਹੁਤ ਬਹੁਤ ਸ਼ੁਕਰੀਆ ਇਹ ਜਾਣਕਾਰੀ ਦੇਣ ਵਾਸਤੇ। ਤੇ ਜਿੱਥੇ ਅੱਜ ਦਾ ਜਿਹੜਾ ਦਿਨ ਹੈਗਾ ਵਾ ਉਸ ਦੇ ਉੱਪਰ ਆਪਾਂ ਗੱਲਬਾਤ ਕੀਤੀ ਆ, ਤਾਂ ਮੈਂ ਪਿਛਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰ ਰਿਹਾ ਸੀਗਾ ਵੀ ਜਿੱਥੇ ਮੌਜੂਦਾ ਸਰਕਾਰ ਦੀ ਗੱਲ ਜਦੋਂ ਆਪਾਂ ਕਰਦੇ ਹਾਂ ਜਾਂ ਕੁਛ, ਕਿਉਂਕਿ ਸਾਡਾ ਇਹ ਪ੍ਰੋਗਰਾਮ ਪੋਲੀਟੀਕਲ ਬਿਲਕੁਲ ਨਹੀਂ ਹੈਗਾ ਵਾ, ਪਰ ਜੋ ਹਾਲਾਤ ਨੇ ਉਸ ਦੇ ਵਿੱਚ ਜਿੱਥੇ ਅਸੀਂ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ, ਅਸੀਂ ਖੁੱਲ੍ਹ ਕੇ ਗੱਲ ਕਰਦੇ ਹਾਂ, ਹਰ ਕੋਈ ਨਹੀਂ ਕਰਦਾ ਵਾ, ਤਾਂ ਜਿੱਥੇ ਸਾਡਾ ਕਰਨਾ ਬਣਦਾ ਵਾ ਅਸੀਂ ਆਪਣੇ ਕਿਸਾਨ ਭਰਾਵਾਂ ਦੀ ਮਦਦ ਕਰਦੇ ਹਾਂ, ਉਹ ਜਿਹੜੇ ਵੋਟਰ ਨੇ ਜਿਨ੍ਹਾਂ ਨੇ ਉਹ ਸਰਕਾਰ ਬਣਾਈ ਆ ਉਹ ਬਾਰਡਰਾਂ 'ਤੇ ਬੈਠੇ ਨੇ, ਅਤੇ ਉਹਨਾਂ ਉਸ ਦੇ ਵਿੱਚ ਜਾਂ ਉਹ ਜਿਹੜੀ ਅੱਜ ਕੱਲ੍ਹ ਦੀ ਜਿਹੜੀ ਜਿੱਦਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟ ਦੇ ਵਿੱਚ ਤੁਸੀਂ ਜਿਹੜੀ ਐਡਾ ਵੱਡਾ ਡੈਮੋਕਰੇਸੀ ਦੇ ਵਿੱਚ ਡੈਮੋਕਰੇਟ ਕੰਟਰੀ ਜਿਹੜਾ ਇੰਡੀਆ ਭਾਰਤ ਕਹਿ ਲਓ ਤੁਸੀਂ, ਅਤੇ ਉਹਦੇ ਵਿੱਚ ਜਦੋਂ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਉਹਨੂੰ ਇੱਕ ਵੇਚਿਆ ਜਾ ਰਿਹਾ ਵਾ, ਇੱਕ ਕਿਸਾਨ ਨੂੰ ਵੇਚਿਆ ਜਾ ਰਿਹਾ, ਇੱਕ ਮਜ਼ਦੂਰ ਨੂੰ ਵੇਚਿਆ ਜਾ ਰਿਹਾ ਵਾ, ਇੱਕ ਮਿਹਨਤ ਜਿਹੜੀ ਆ ਉਹਨੂੰ ਵੇਚਿਆ ਜਾ ਰਿਹਾ ਵਾ, ਉਹਨੂੰ ਇੰਡਸਟਰੀ ਦੇ ਵਿੱਚ ਤਬਦੀਲ ਕਰਨ ਦੀ ਟਰਾਈ ਕੀਤੀ ਜਾ ਰਹੀ ਆ, ਤਾਂ ਉਸ ਦੇ ਵਿੱਚ ਤੁਹਾਡੇ ਕੀ ਵਿਚਾਰ ਨੇ ਸਰ? ਦੇਖੋ ਜਦੋਂ ਅੰਗਰੇਜ਼ ਨੇ ਭਾਰਤ ਤੇ ਕਬਜ਼ਾ ਕੀਤਾ ਜੀ ਤੇ ਉਹ ਵੀ ਕਲਕੱਤੇ ਤੋਂ ਇੱਕ ਬ੍ਰਿਟਿਸ਼ ਵਪਾਰਕ ਕੰਪਨੀ ਬਣ ਕੇ ਭਾਰਤ ਦੇ ਵਿੱਚ ਆਏ ਸੀ, ਜਿਹਨਾਂ ਹੌਲੀ ਹੌਲੀ ਸਾਰੇ ਭਾਰਤ ਤੇ ਜਿਹੜਾ ਵਾ ਅੰਗਰੇਜ਼ ਨੇ ਜਿਹੜਾ ਵਾ ਕਬਜ਼ਾ ਕੀਤਾ ਸੀ ਜੀ। ਜਦੋਂ ਨਿੱਕੇ ਹੁੰਦੇ ਸੀ ਤੇ ਇੱਕ ਗੱਲ ਸੁਣਿਆ ਕਰਦੇ ਸੀ, ਟਾਟਾ ਬਿਰਲਾ ਇਹ ਦੋ ਬੜੇ ਨਾਂ ਉਹ ਹਲੇ ਮਸ਼ਹੂਰ ਹੁੰਦੇ ਸੀ ਜੀ, ਭਾਊ ਇਹ ਆਪਣੇ ਨਾ ਜਿਹੜੇ ਐਮ ਪੀ ਬਣਦੇ ਆ ਇਹ ਉਹਨਾਂ ਨੂੰ ਪੈਸੇ ਦਿੰਦੇ ਆ ਤੇ ਪੈਸੇ ਦੇ ਕੇ ਚੋਣਾਂ ਉਹਨਾਂ ਨੂੰ ਲੜਾਉਂਦੇ ਆ, ਤੇ ਇਹਨਾਂ ਦੇ ਵਿੱਚ ਜਿਹੜੇ ਆ ਨਾ ਗਰੁੱਪ ਹੁੰਦਾ ਬਾ ਬਿਰਲੇ ਟਾਟਿਆਂ ਦਾ, ਤੇ ਉਹ ਫਿਰ 5 ਸਾਲ ਆਪਣੀ ਮਨ ਮਰਜ਼ੀ ਨਾਲ ਇਹਨਾਂ ਐਮ ਪੀਆਂ ਦੇ ਰਾਹੀਂ ਜਿਹੜੇ ਆ ਉਹ ਫਾਇਦੇ ਲੈਂਦੇ ਆ ਤੇ ਫੈਸਲੇ ਕਰਾਉਂਦੇ ਆ ਲੋਕ ਸਭਾ ਦੇ ਵਿੱਚ ਜੀ। ਪਰ ਹੁਣ ਤੇ ਅਖੀਰ ਹੋ ਗਈ ਕਿ ਇਹਨਾਂ ਅੰਬਾਨੀਆਂ ਡਾਨੀਆਂ ਟਾਟਾ ਬਿਰਲਿਆਂ ਨੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਖਰੀਦ ਲਿਆ ਤੇ ਗ੍ਰਹਿ ਮੰਤਰੀ ਵੀ ਖਰੀਦ ਲਿਆ ਜੀ। ਉਹ ਹੁਣ ਮੋਦੀ ਦੇ ਅਮਿਤ ਸ਼ਾਹ ਨੂੰ ਇਹ ਕਹਿੰਦੇ ਆ ਕਿ ਤੈਨੂੰ ਦੇਸ਼ ਦਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਸੀਂ ਪੈਸੇ ਲੈ ਕੇ ਬਣਾਇਆ, ਸਾਰੇ ਚੈਨਲਾਂ ਤੇ ਜਿਹੜੇ ਆ ਪੈਸੇ ਸਾਡੇ ਚੱਲੇ, ਤੇਰਾ ਪ੍ਰਚਾਰ ਅਸੀਂ ਕੀਤਾ, ਹੈਲੀਕਾਪਟਰ ਸਾਡੇ ਉੱਡੇ ਚੋਣ ਪ੍ਰਚਾਰ ਦੇ ਵਿੱਚ ਜੀ, ਜੋ ਵੀ ਐਡਵਰਟਾਈਜਮੈਂਟ ਜਿਹੜੀ ਆ ਕੀਤੀ ਅਸਾਂ ਕੀਤੀ ਜੀ, ਹੁਣ ਤੈਨੂੰ ਸਾਡੀ ਮਰਜ਼ੀ ਅਨੁਸਾਰ ਫੈਸਲੇ ਜਿਹੜੇ ਆ ਕਰਨੇ ਪੈਣੇ ਜੀ। ਇਹ ਜੋ ਕਿਸਾਨ ਅੰਦੋਲਨ ਅੱਜ ਭਖਿਆ ਜਾਂ ਟੀਸੀ ਤੇ ਪਹੁੰਚਿਆ, ਸਿਖਰਾਂ ਤੇ ਪਹੁੰਚਿਆ ਵਾ, ਇਹ ਕੋਈ ਬਿੱਲ ਮੋਦੀ ਜਾਂ ਅਮਿਤ ਸ਼ਾਹ ਨਹੀਂ ਲੈ ਕੇ ਆਇਆ। ਇਹਨਾਂ ਬਿੱਲਾਂ ਦੀ ਡਰਾਫਟਿੰਗ ਜਿਹੜੀ ਆ ਅੰਬਾਨੀਆਂ ਡਾਨੀਆਂ ਦੇ ਦਫ਼ਤਰਾਂ 'ਚ ਉਹਨਾਂ ਦੇ ਸੀਓ ਨੇ ਡਰਾਫਟਿੰਗ ਜਿਹੜੇ ਬਿੱਲ ਜਿਹੜੇ ਆ ਕੀਤੇ ਆ, ਜਿਹੜੀਆਂ ਏਡੀਆਂ ਏਡੀਆਂ ਵੱਡੀਆਂ ਕੰਡੀਸ਼ਨਾਂ ਸਖ਼ਤ ਕੰਡੀਸ਼ਨਾਂ ਜਿਹੜੀਆਂ ਨੇ ਉਹ ਜਿਹੜੀਆਂ ਕਿਸਾਨਾਂ ਤੇ ਜਿਹੜੀਆਂ ਲਾਈਆਂ ਨੇ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੱਕ ਬ੍ਰਿਟਿਸ਼ ਕੰਪਨੀ ਆਈ ਵਪਾਰ ਦੇ ਬਹਾਨੇ, ਉਹਨੇ ਸਮੁੱਚੇ ਹਿੰਦੁਸਤਾਨ ਤੇ ਕਬਜ਼ਾ ਕੀਤਾ ਤੇ ਹਿੰਦੁਸਤਾਨ ਨੂੰ ਉਹਨੇ ਗੁਲਾਮ ਕਰ ਲਿਆ।
ਇਸੇ ਤਰ੍ਹਾਂ ਹੀ ਜਿਹੜੇ ਅੰਬਾਨੀ ਅਡਾਨੀਆਂ ਇਹ ਬਿੱਲਾਂ ਰਾਹੀਂ ਕੱਲਾ ਕਿਸਾਨਾਂ ਨੂੰ ਨਹੀਂ ਪੰਜਾਬ ਦੀ ਸਾਰੀ ਜਨਤਾ ਦਾ ਗਲ ਘੁੱਟ ਕੇ ਉਹਨਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਆ, ਆਪਣੇ ਬੰਧੂਆ ਮਜ਼ਦੂਰ ਬਣਾਉਣਾ ਚਾਹੁੰਦੇ ਆ, ਤੇ ਆਪਣੀ ਮਨ ਮਰਜ਼ੀ ਨਾਲ ਉਹ ਜਿਹੜਾ ਵਾ ਉਹਨਾਂ ਜਿਣਸਾਂ ਦੇ ਮੁੱਲ, ਉਹਨਾਂ ਪੈਲੀਆਂ ਦੀ ਜਿਹੜੀ ਆ ਤਬਦੀਲੀ, ਉਹਨਾਂ ਪੈਲੀਆਂ ਤੇ ਕਰਜ਼ੇ, ਜਦੋਂ ਕਿਸਾਨ ਨੇ ਮੰਗਿਆ ਹੀ ਨਹੀਂ ਕਿ ਆਹ ਬਿੱਲ ਸਾਨੂੰ ਚਾਹੀਦੇ ਆ, ਫਿਰ ਉਹ ਬਿੱਲ ਬਣਾਏ ਕਿਉਂ? ਚਲੋ ਜੇ ਬਿੱਲ ਬਣੇ ਬਣ ਹੀ ਗਏ ਸੀ, ਬਿੱਲ ਬਣ ਗਏ, ਜਦੋਂ ਕਿਸਾਨ ਕਹਿੰਦਾ ਵੀ ਇਹ ਬਿੱਲ ਮੈਨੂੰ ਮਨਜ਼ੂਰ ਨਹੀਂ, ਤੇ ਉਹ ਬਿੱਲ ਵਾਪਸ ਕਿਉਂ ਨਹੀਂ ਲੈ ਜਾਂਦੇ? ਉਹ ਬਿੱਲ ਰੱਦ ਕਿਉਂ ਨਹੀਂ ਕੀਤੇ ਜਾਂਦੇ? ਕਿਸਾਨ ਕਿਹੜਾ ਕੋਈ ਦੇਸ਼ ਤੋੜਨ ਵਾਲੀ ਗੱਲ ਕਰਨ ਡਿਆ? ਕਿਸਾਨ ਕਿਹੜਾ ਕੋਈ ਵੱਧ ਅਧਿਕਾਰਾਂ ਦੀ ਗੱਲ ਕਰ ਰਿਹਾ? ਕਿਹੜਾ ਕੋਈ ਆਨੰਦਪੁਰ ਦੇ ਮਤੇ ਦੀ ਗੱਲ ਕਰ ਰਿਹਾ? ਉਹ ਡੈਮੋਕਰੇਸੀ ਦੇ ਵਿੱਚ ਰਹਿ ਕੇ ਹੀ ਇਹ ਗੱਲ ਕਹਿ ਰਿਹਾ ਵੀ ਜਿਹੜੇ ਬਿੱਲ ਤੁਸੀਂ ਸਰਕਾਰ ਨੇ ਬਣਾਏ ਆ ਇਹ ਸਾਨੂੰ ਮਨਜ਼ੂਰ ਨਹੀਂ ਤੇ ਤੁਸੀਂ ਵਾਪਸ ਕਰ ਦਿਓ। ਇਹ ਅੰਦੋਲਨ ਕੋਈ ਸਿੱਖਾਂ ਦਾ ਨਹੀਂ, ਇਕੱਲੇ ਪੰਜਾਬ ਦਾ ਨਹੀਂ, ਇਹ ਸਮੁੱਚੇ ਹਿੰਦੁਸਤਾਨ ਦੇ ਕਿਸਾਨਾਂ ਦਾ, ਮਜ਼ਦੂਰਾਂ ਤੇ ਦਲਿਤਾਂ ਦਾ ਅੰਦੋਲਨ ਆ। ਜਦੋਂ ਹਾਂਜੀ ਸਰ, ਆਪਾਂ ਇੱਥੋਂ ਹੀ ਗੱਲਬਾਤ ਕੰਟੀਨਿਊ ਰੱਖਾਂਗੇ, ਟਾਈਮ ਦੇ ਹਿਸਾਬ ਨਾਲ ਬ੍ਰੇਕ ਦਾ ਸਮਾਂ ਹੋ ਗਿਆ ਵਾ। ਦਰਸ਼ਕੋ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਇਸੇ ਤਰ੍ਹਾਂ ਸਾਡੀ ਗੱਲਬਾਤ ਰਹੇਗੀ ਅੱਗੇ ਜਾਰੀ। ਵੇਲਾ ਚੱਲਿਆ, ਇੱਕ ਛੋਟੀ ਜਿਹੀ ਬ੍ਰੇਕ ਦਾ ਲੈਣਾ, ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ। ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦੇ ਕਿਸੇ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤੁਹਾਡੇ ਅੰਦਰ ਕੋਈ ਵੀ ਟੈਲੈਂਟ ਹੈਗਾ ਵਾ, ਤੁਹਾਡੇ ਅੰਦਰ ਕੋਈ ਵੀ ਇਨਫੋਰਮੇਸ਼ਨ ਹੈਗੀ ਆ, ਤੁਹਾਡਾ ਕੋਈ ਵੀ ਈਵੈਂਟ ਹੈਗਾ ਵਾ, ਕੁਛ ਵੀ ਹੈਗਾ, ਕਿਸੇ ਤਰੀਕੇ ਦਾ ਕੋਈ ਬਿਜ਼ਨਸ ਹੈ ਜੇ ਪੂਰੀ ਦੁਨੀਆ ਤੱਕ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਜੁੜ ਕੇ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਸਾਡੇ ਨਾਲ ਜੁੜ ਕੇ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ। ਅਤੇ ਅੱਜ ਦੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਹੋ, ਕੋਈ ਆਪਣੀ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਕਾਲ ਕਰ ਸਕਦੇ ਹੋ। ਇੱਕ ਕਾਲਰ ਜੁੜੇ ਸੀਗੇ ਸਾਡੇ ਨਾਲ, ਉਹ ਹੈਂਗ ਹੋ ਗਏ ਨੇ ਬ੍ਰੇਕ ਦੇ ਵਿੱਚ, ਤਾਂ ਦੁਬਾਰਾ ਕਰ ਸਕਦੇ ਨੇ ਕਾਲ। ਅਤੇ ਸਾਡੇ ਨਾਲ ਅੱਜ ਸਾਡੇ ਜਿਹੜੇ ਮਹਿਮਾਨ ਜੁੜੇ ਨੇ, ਮਨਜੀਤ ਸਿੰਘ ਭੂਮਾ ਸਾਹਿਬ, ਸਵਾਗਤ ਹੈ ਸਰ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਤੁਹਾਡਾ। ਆਪਾਂ ਗੱਲ ਕਰ ਰਹੇ ਸੀ ਜੀ ਕਿਸਾਨ ਅੰਦੋਲਨ ਦੀ, ਜੀ ਕਿਸਾਨ ਅੰਦੋਲਨ ਜਿਹੜਾ ਵਾ ਉਹ ਦੇਸ਼ ਦੇ ਕਿਸਾਨਾਂ ਦਾ, ਇਕੱਲੇ ਸਿੱਖਾਂ ਦਾ, ਪੰਜਾਬ ਦਾ ਅੰਦੋਲਨ ਨਹੀਂ ਆ ਉਹ ਜੀ। ਤੇ ਇਸ ਅੰਦੋਲਨ ਨੂੰ ਸਿੱਖਾਂ ਨੂੰ ਵੀ ਸਿੱਖਾਂ ਦਾ ਅੰਦੋਲਨ ਨਹੀਂ ਬਣਾਉਣਾ ਚਾਹੀਦਾ, ਕਿਸਾਨਾਂ ਦਾ ਅੰਦੋਲਨ ਹੈ ਤੇ ਕਿਸਾਨਾਂ ਦਾ ਅੰਦੋਲਨ ਹੀ ਰਹਿਣ ਦੇਣਾ ਚਾਹੀਦਾ ਜੀ ਸਰ। ਕਿਉਂਕਿ ਐਮਰਜੈਂਸੀ ਦੇ ਸਮੇਂ ਇੰਦਰਾ ਗਾਂਧੀ ਨੇ ਆਪੋਜੀਸ਼ਨ ਪਾਰਟੀਆਂ ਦੇ ਸਾਰੇ ਲੀਡਰ ਚੁੱਕ ਕੇ ਜੇਲ੍ਹਾਂ 'ਚ ਸੁੱਟ ਦਿੱਤੇ ਸੀ, ਲੇਕਿਨ ਪੰਜਾਬ ਦੇ ਕਿਸੇ ਵੀ ਸਿੱਖ ਲੀਡਰ ਨੂੰ ਜਾਂ ਪੰਜਾਬ ਦੇ ਕਿਸੇ ਲੀਡਰ ਨੂੰ ਉਸਨੇ ਗ੍ਰਿਫ਼ਤਾਰ ਨਹੀਂ ਸੀ ਕੀਤਾ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਨਸੰਘ ਨਾਲ, ਵਾਜਪਾਈ ਤੇ ਅਡਵਾਨੀ ਨਾਲ ਆਪਣੀ ਯਾਰੀ ਪਗਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਐਮਰਜੈਂਸੀ ਦੇ ਵਿਰੁੱਧ ਮੋਰਚਾ ਲਾ ਦਿੱਤਾ, ਜਿਸ ਕਰਕੇ ਇੰਦਰਾ ਗਾਂਧੀ ਸਿੱਖਾਂ ਦੀ ਜਿਹੜੀ ਆ ਉਹ ਦੁਸ਼ਮਣ ਜਿਹੜੀ ਆ ਬਣ ਗਈ ਸੀ। ਤੇ ਉਹਦਾ ਖਮਿਆਜ਼ਾ ਸਾਨੂੰ ਬਹੁਤ ਵੱਡਾ ਇੱਕ ਜਿਹੜਾ ਵਾ ਬਾਅਦ ਦੇ ਵਿੱਚ ਭੁਗਤਣਾ ਪਿਆ। ਲੜਾਈ ਸੀ ਇੰਦਰਾ ਗਾਂਧੀ ਤੇ RSS ਤੇ BJP ਦੀ, ਤੇ ਆਪਾਂ ਵਿੱਚ ਜਾ ਕੇ ਖਾ ਮਖਾ ਜਿਹੜੇ ਆ ਵਿੱਚ ਜਾ ਕੇ ਜਿਹੜਾ ਵਾ ਲੜਾਈ ਦੇ ਫਸ ਕੇ, ਤੇ ਲੜਾਈ ਸਾਰੀ ਆਪਣੇ ਗਲ ਪਾ ਲਈ ਤੇ ਉਹ ਸਾਰੇ ਜਿਹੜੇ ਆ ਬਾਹਰ ਰਹਿ ਗਏ। ਬਾਹਰ ਵਾਜਪਾਈ ਤੇ ਅਡਵਾਨੀ ਨੇ ਵੀ ਦਰਬਾਰ ਸਾਹਿਬ ਤੇ ਹਮਲੇ ਦੀ ਜਿਹੜੀ ਆ ਹਮਾਇਤ ਕੀਤੀ ਇੰਦਰਾ ਗਾਂਧੀ ਦੀ, ਜਿਹਨਾਂ ਨੂੰ ਛਡਾਉਣ ਲਈ ਅਸੀਂ ਐਮਰਜੈਂਸੀ ਦਾ ਮੋਰਚਾ ਲੈ ਰਹੇ ਸੀ। ਸੋ ਮੇਰੀ ਦੇਸ਼ ਦੇਸ਼ ਦੇ ਵਸਦੇ ਸਿੱਖਾਂ ਨੂੰ ਇੱਕ ਹਾਰਦਿਕ ਬੇਨਤੀ ਆ ਕਿ ਇਸ ਅੰਦੋਲਨ ਨੂੰ ਜਿਹੜਾ ਵਾ ਰਾਸ਼ਟਰੀ ਕਿਸਾਨਾਂ ਦਾ ਅੰਦੋਲਨ ਜਿਹੜਾ ਵਾ ਬਣਿਆ ਰਹਿਣ ਦੀਏ, ਤੇ ਏਜੰਡਾ ਵੀ ਜਿਹੜਾ ਕਿਸਾਨ ਆਗੂਆਂ ਨੇ ਫਿਕਸ ਕੀਤਾ, ਤਿੰਨ ਕਿਸਾਨ ਬਿੱਲ ਜਿਹੜੇ ਆ ਉਹ ਕਿਸਾਨ ਮਾਰੂ ਬਿੱਲ ਰੱਦ ਕਰਾਉਣੇ, ਉੱਥੋਂ ਤੱਕ ਹੀ ਆਪਾਂ ਜਿਹੜਾ ਵਾ ਸੀਮਤ ਰਹੀਏ, ਸੱਜੇ ਖੱਬੇ ਨਾ ਜਾਈਏ, ਮੱਛੀ ਦੇ ਅੱਖ 'ਚ ਤੀਰ ਮਾਰਨ ਵਾਂਗ। ਜੇ ਅਸੀਂ ਕਿਸਾਨ ਅੰਦੋਲਨ ਜਿੱਤ ਲਿਆ, ਫਿਰ ਇਹਦੇ ਵਿੱਚੋਂ ਬਹੁਤ ਵੱਡੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਨੇ ਪ੍ਰਾਪਤੀਆਂ ਨਿਕਲਣਗੀਆਂ। ਜੇ ਅਸੀਂ ਆਪੋ ਆਪਣੇ ਏਜੰਡੇ ਸੱਜੇ ਖੱਬੇ ਖੜੇ ਕੀਤੇ, ਤੇ ਇਸ ਜਿਹੜਾ ਅਸਲ ਕਿਸਾਨਾਂ ਦਾ ਏਜੰਡਾ ਵਾ ਤਿੰਨ ਕਿਸਾਨ ਮਾਰੂ ਜਿਹੜੇ ਬਿੱਲ ਨੇ, ਇਹਦਾ ਪ੍ਰੈਸ਼ਰ ਵੀ ਘਟੂਗਾ ਤੇ ਸਾਡਾ ਸੰਘਰਸ਼ ਵੀ ਜਿਹੜਾ ਵਾ ਕਿਰਾਏ ਪਊਗਾ। ਇਸ ਕਰਕੇ ਮੇਰੀ ਤੇ ਇਹੀ ਬੇਨਤੀ ਆ, ਸਿਖਰਾਂ ਤੇ ਸਾਡਾ ਅੰਦੋਲਨ ਪਹੁੰਚਿਆ ਵਾ, ਇਹਦੇ ਚ ਨੌਜਵਾਨਾਂ ਦਾ, ਵਿਦਿਆਰਥੀਆਂ ਦਾ, ਸਾਡੀਆਂ
ਭੈਣਾਂ ਦਾ ਮਾਤਾਵਾਂ ਦਾ ਸਮੁੱਚੇ ਪਰਿਵਾਰ ਜਿੱਥੇ ਜਿੱਥੇ ਵੱਸਦੇ ਆ ਸਾਰਿਆਂ ਦਾ ਬਹੁਤ ਵੱਡਾ ਜਿਹੜਾ ਵਾ ਯੋਗਦਾਨ ਆ। ਬਾਹਰ ਦੇ ਸਿੱਖਾਂ ਨੇ ਵੀ ਜਥਾ ਸ਼ਕਤ ਆਣ ਕੇ ਜਿਸਮਾਨੀ ਤੌਰ ਤੇ ਵੀ ਤੇ ਦਿਮਾਗੀ ਤੌਰ ਤੇ ਵੀ ਬਹੁਤ ਮਦਦ ਕੀਤੀ ਆ, ਆਰਥਿਕ ਤੌਰ ਤੇ ਬਹੁਤ ਮਦਦ ਕੀਤੀ ਆ। ਦੂਸਰੀ ਗੱਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾਂ ਕਿ ਸਾਡੀ ਜਿਹੜੀ ਆ ਨੌਜਵਾਨ ਲੀਡਰਸ਼ਿਪ ਤੇ ਜਿਹੜੀ ਸਾਡੀ ਕਿਸਾਨ ਲੀਡਰਸ਼ਿਪ ਆ ਜੀ, ਇਹਨਾਂ ਦੇ ਵਿੱਚ ਜਿਹੜਾ ਵਾ ਇੱਕ ਬੈਲੈਂਸ ਬਣਿਆ ਰਹਿਣਾ ਚਾਹੀਦਾ, ਇਹ ਆਹਮੋ ਸਾਹਮਣੀ ਨਹੀਂ ਹੋਣੀ ਚਾਹੀਦੀ। ਜੀ ਸਾਡੀ ਜਿਹੜੀ ਆ ਬਜ਼ੁਰਗ ਕਿਸਾਨ ਲੀਡਰਸ਼ਿਪ, ਬੜਾ ਉਹਨਾਂ ਦਾ ਲੰਮਾ ਤਜਰਬਾ ਵਾ ਤੇ ਬੜੇ ਉਹਨਾਂ ਤਪੱਸਿਆ ਕਰਕੇ ਇਸ ਅੰਦੋਲਨ ਨੂੰ ਇੱਥੋਂ ਤੱਕ ਜਿਹੜਾ ਵਾ ਖੜਿਆ ਕੀਤਾ ਵਾ। ਤੇ ਜੇ ਕਹਿ ਦਈਏ ਵੀ ਕੱਲਾ ਉਹਨਾਂ ਹੀ ਅੰਦੋਲਨ ਖੜਾ ਕੀਤਾ ਵਾ ਤੇ ਇਹ ਵੀ ਨੌਜਵਾਨੀ ਨਾਲ ਬੇਇਨਸਾਫੀ ਹੋਊਗੀ। ਇਹ ਨੌਜਵਾਨੀ ਸੀ ਜਿਹੜੀ ਇਸ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ਤੇ ਲੈ ਗਈ। ਜੇ ਨੌਜਵਾਨਾਂ, ਕਿਉਂਕਿ ਉਸ ਵੇਲੇ ਇਹ ਵੀ ਸੱਚਾਈ ਆ ਕਿ ਸਾਡੀ ਕਿਸਾਨ ਲੀਡਰਸ਼ਿਪ ਆਨੇ ਬਾਨੇ ਮਾਰ ਕੇ ਉਸ ਵੇਲੇ ਕੋਈ ਸ਼ੰਭੂ ਬੈਰੀਅਰ ਤੇ ਬਹਿਣਾ ਚਾਹੁੰਦਾ ਸੀ, ਕੋਈ ਪਟਿਆਲੇ ਲਾਗੇ ਬਹਿਣਾ ਚਾਹੁੰਦਾ ਸੀ ਵੀ ਜਿੱਥੇ ਸਾਨੂੰ ਕਿਸੇ ਪੁਲਿਸ ਨੇ ਰੋਕ ਲਿਆ ਅਸੀਂ ਉੱਥੇ ਰੁਕ ਜਾਵਾਂਗੇ, ਤੇ ਰੁਕੇ ਵੀ। ਪਰ ਸਾਡੀ ਨੌਜਵਾਨ ਲੀਡਰਸ਼ਿਪ, ਸਾਡੇ ਨੌਜਵਾਨਾਂ ਦਾ ਜਜ਼ਬਾ, ਪੰਥਕ ਜਜ਼ਬਾ, ਪੰਥਕ ਸੋਚ, 1947 ਤੋਂ ਬਾਅਦ ਜੋ ਵੀ ਪੰਜਾਬ ਨਾਲ ਧੱਕੇ ਬੇਇਨਸਾਫੀਆਂ ਹੋਈਆਂ, ਉਹਦਾ ਜਿਹੜਾ ਗੁੱਸਾ, ਉਹ ਗੁੱਸੇ ਦੀ ਅੱਗ ਨੌਜਵਾਨਾਂ ਦੇ ਰੂਪ ਦੇ ਵਿੱਚ ਸਾਰੇ ਬੈਰੀਅਰ ਤੋੜ ਕੇ ਜਿਹੜੀ ਆ ਸਾਡੀ ਕਿਸਾਨੀ ਆਗੂ ਲੀਡਰਸ਼ਿਪ ਨੂੰ ਵੀ ਮਜਬੂਰ ਕਰਕੇ ਦਿੱਲੀ ਦੀਆਂ ਬਰੂਹਾਂ ਤੇ ਲੈ ਗਈ। ਇਸ ਕਰਕੇ ਨੌਜਵਾਨਾਂ ਦੇ ਯੋਗਦਾਨ ਨੂੰ ਘਟਾ ਕੇ ਨਹੀਂ ਵੇਖਣਾ ਚਾਹੀਦਾ। ਤੀਸਰੀ ਗੱਲ, ਇਸ ਕਿਸਾਨ ਅੰਦੋਲਨ ਭਾਵੇਂ ਕਿਸਾਨਾਂ ਦਾ ਅੰਦੋਲਨ ਆ, ਪਰ ਇਹਦੇ ਵਿੱਚ ਪੰਥਕ ਜਜ਼ਬਾ ਕੰਮ ਕਰ ਰਿਹਾ ਵਾ, ਗੁਰੂ ਦੀ ਖੇਡ ਵਰਤ ਰਹੀ ਆ। ਇੰਨੇ ਲੰਮੇ ਅੰਦੋਲਨ ਦੇ ਵਿੱਚ ਬਾਹਰੋਂ ਸਿੱਖਾਂ ਨੇ ਜਿਸ ਤਰ੍ਹਾਂ ਮਦਦ ਕੀਤੀ ਆ, ਉਹਦੇ ਕਰਕੇ ਹੀ ਅੰਦੋਲਨ ਜਿਹੜਾ ਵਾ ਪੰਥਕ ਜਜ਼ਬੇ ਕਰਕੇ ਤੇ ਬਾਹਰ ਦੇ ਸਿੱਖਾਂ ਕਰਕੇ, ਪੰਜਾਬੀਆਂ ਕਰਕੇ ਹੀ ਅੰਦੋਲਨ ਜਿਹੜਾ ਵਾ ਲੰਮਾ ਸਮਾਂ ਜਿਹੜਾ ਵਾ ਟਿਕਿਆ ਹੋਇਆ ਵਾ। ਇਸੇ ਸਾਰੇ ਸਹਿਯੋਗ ਕਰ ਰਹੇ, ਹਿੰਦੂ ਵੀਰ ਵੀ ਕਰ ਰਹੇ ਆ, ਹਰਿਆਣੇ ਦੇ ਜਾਟ ਵੀ ਕਰ ਰਹੇ ਆ, ਆਪਣੇ ਰਾਜਸਥਾਨ ਵਾਲੇ ਵੀ ਕਰ ਰਹੇ ਆ। ਪਰ ਦੇਖੋ ਉਹਦੇ ਵਿੱਚ ਲੰਗਰਾਂ ਦੀ ਮਦਦ ਸਿੱਖ ਕਰ ਰਿਹਾ, ਗੁਰਦੁਆਰਾ ਸਾਹਿਬ ਕਰ ਰਿਹਾ, ਸੰਤ ਮਹਾਂਪੁਰਖ ਕਰ ਰਿਹਾ, ਬਾਹਰ ਦੇ ਸਿੱਖ ਕਰ ਰਹੇ ਆ, ਬਾਹਰ ਦੇ ਜਿਹੜੇ ਪੈਸੇ ਦੀ ਮਦਦ ਆ ਉਹ ਵੀ ਬਾਹਰ ਦੇ ਸਿੱਖ ਕਰ ਰਹੇ ਆ। ਇਸ ਕਰਕੇ ਅਗਵਾਈ ਵੀ ਪੰਜਾਬ ਕਰ ਰਿਹਾ ਵਾ ਸਾਰੇ ਇਹ ਕਿਸਾਨ ਸੰਘਰਸ਼ ਦੀ। ਪਰ ਇਸ ਸੰਘਰਸ਼ ਨੂੰ ਸਾਨੂੰ ਜਿਹੜਾ ਵਾ ਕਿਸਾਨ ਸੰਘਰਸ਼ ਤੱਕ ਸੀਮਿਤ ਰਹਿਣਾ ਚਾਹੀਦਾ, ਆਪੋ ਆਪਣੇ ਝੰਡੇ ਨਹੀਂ ਆਪਾਂ ਨੂੰ ਇਹਦੇ ਤੇ ਜਿਹੜੇ ਆ ਸੱਜੇ ਖੱਬੇ ਜਿਹੜੇ ਆ ਕੱਢਣੇ ਚਾਹੀਦੇ। ਇਹ ਜੋਸ਼ ਤੇ ਹੋਸ਼ ਦਾ ਸੁਮੇਲ ਬਣ ਕੇ ਹੀ ਜਿਹੜਾ ਵਾ ਮੋਦੀ ਸਰਕਾਰ ਦੇ ਉੱਤੇ ਜਿਹੜਾ ਵਾ ਦਬਾਅ ਪਾ ਕੇ ਇਹ ਇੱਕ ਦਿਨ ਕਾਨੂੰਨ ਜਿਹੜੇ ਆ ਵਾਪਸ ਹੋਣੇ ਆ। ਜਿਹੜਾ ਮੋਦੀ ਆਂਦਾ ਸੀ ਕਿ ਮੈਂ ਇਹਨਾਂ ਨਾਲ ਗੱਲ ਨਹੀਂ ਕਰਨੀ ਜਦੋਂ ਆਪਾਂ ਪੰਜਾਬ ਬੈਠੇ ਸੀ, ਜਦੋਂ ਪੰਜਾਬ ਦਾ ਨੌਜਵਾਨ ਜਾ ਕੇ ਸਾਰੇ ਬੈਰੀਅਰ ਤੋੜ ਕੇ ਦਿੱਲੀ ਦੀਆਂ ਬੂਹਾਂ ਤੇ ਬਹਿ ਗਿਆ, ਉਸੇ ਵੇਲੇ ਹੀ 11 ਸੱਦੇ ਆਏ, 11 ਗੇਟ ਦੀ ਗੱਲਬਾਤ ਹੋਈ ਆ। ਆਂਦੇ ਆ ਵੀ 1.5 ਸਾਲ ਅਸੀਂ ਇਹਨੂੰ ਪੋਸਟਪੋਨ ਵੀ ਕਰ ਦਿੰਦੇ ਹਾਂ, ਹੋਰ ਜੋ ਕਹੋ ਅਸੀਂ ਵੀ ਕਰ ਦਿੰਦੇ ਹਾਂ। ਪਰ ਸਾਡੀ ਕਿਸਾਨ ਜਿਹੜੀ ਆ ਸਤਿਕਾਰਯੋਗ ਲੀਡਰਸ਼ਿਪ ਆ ਉਹ ਇਸ ਗੱਲ ਤੇ ਜਿਹੜੀ ਆ ਆਪਣੀ ਦ੍ਰਿੜ ਆ ਕਿ ਅਸੀਂ ਇਹ ਸੋਧਾ ਨਹੀਂ ਕਰਾਉਣੀਆਂ, ਅਸੀਂ ਪੋਸਟਪੋਨ ਨਹੀਂ ਕਰਾਉਣੇ, ਅਸੀਂ ਇਹ ਬਿੱਲ ਜਿਹੜੇ ਆ ਵਾਪਸ ਕਰਾਉਣੇ ਆ। ਤੇ ਸਾਰਾ ਪੰਜਾਬ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਸਿੱਖ ਪੰਜਾਬੀ ਵੱਸਦੇ ਆ ਜਾਂ ਕਿਸਾਨ ਵੱਸਦੇ ਆ, ਮਜ਼ਦੂਰ ਦਲਿਤ ਵੱਸਦੇ ਆ, ਉਹਨਾਂ ਦੀ ਵੀ ਦਿਲ ਦੀ ਤਮੰਨਾ ਵਾ ਤੇ ਦਿਲੀ ਉਹਨਾਂ ਦੀ ਅਰਦਾਸ ਆ ਕਿ ਇਹ ਅੰਦੋਲਨ ਜਿਹੜਾ ਵਾ 3 ਬਿੱਲ ਵਾਪਸ ਜਿਹੜੇ ਆ ਰੱਦ ਹੋ ਕੇ ਹੀ ਸਾਡੇ ਕਿਸਾਨ ਜਿਹੜੇ ਆ ਵਾਪਸ ਆਪੋ ਆਪਣੀਆਂ ਸਟੇਟਾਂ ਨੂੰ ਜਾਣ, ਆਪੋ ਆਪਣੇ ਘਰਾਂ ਨੂੰ ਆਉਣ ਤੇ ਲੋਕ ਉਹਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਜਿਹੜਾ ਵਾ ਸਵਾਗਤ ਕਰਨ। ਇਹ ਸਾਰਿਆਂ ਦੀ ਤਮੰਨਾ ਤੇ ਦਿਲੀ ਰੀਝ ਆ ਜੀ। ਜੀ ਇਹ ਇੱਕ ਜੰਗ ਆ, ਬਹੁਤ ਵੱਡੀ ਜੰਗ ਆ ਜਿਹੜੀ ਕਿ ਜਿਹਦੀ ਜਿੱਤ ਹੋਣੀ ਲਾਜ਼ਮੀ ਆ ਅਤੇ ਹੋਊਗੀ ਵੀ। ਜਿੱਥੇ ਤੁਸੀਂ ਸਰ ਗੱਲ ਕੀਤੀ ਆ ਨੌਜਵਾਨਾਂ ਦੀ, ਤਾਂ ਉਸ ਦੇ ਵਿੱਚ ਨੌਜਵਾਨਾਂ ਦਾ ਇੰਨਾ ਵੱਡਾ ਯੋਗਦਾਨ ਹੈਗਾ ਵਾ ਕਿ ਉਹ ਤੁਸੀਂ ਮੀਡੀਆ ਰਾਹੀਂ ਦੇਖ ਲਓ, ਸੋਸ਼ਲ ਮੀਡੀਆ ਰਾਹੀਂ ਦੇਖ ਲਓ, ਜਿਹੜੀ ਸਾਡੀ ਲੀਡਰਸ਼ਿਪ ਹੈਗੀ ਆ ਕਿਸਾਨਾਂ ਦੀ, ਪੁਰਾਣੀ ਲੀਡਰਸ਼ਿਪਸ ਨੇ ਜਿਹੜੇ ਵੀ ਉਸ ਜਗ੍ਹਾ ਦੇ ਉੱਪਰ ਇਸ ਟਾਈਮ ਬੁਲਾਰੇ ਨੇ ਜਿਹੜਾ ਉਹਨੂੰ ਲੀਡ ਕਰ ਰਹੇ ਨੇ, ਉਸਦੇ ਪਿੱਛੇ ਜਿੱਥੇ ਆਪਾਂ ਗੱਲ ਕਰ ਲਈਏ ਸੋਸ਼ਲ ਮੀਡੀਆ ਵੱਖਰੇ ਵੱਖਰੇ ਤਰੀਕੇ ਦਾ, ਉਸਦੇ ਉੱਪਰ ਨੌਜਵਾਨਾਂ ਦੇ ਦਿਮਾਗ, ਨੌਜਵਾਨਾਂ ਦੇ ਲਿਖਣ ਦਾ ਅੰਦਾਜ਼, ਸੱਚ ਨੂੰ ਬਾਹਰ ਕੱਢ ਕੇ ਲਿਆਉਣ ਦਾ। ਈਵਨ ਜੇ ਆਪਾਂ ਇਹਨਾਂ ਮੁਲਕਾਂ ਦੀ ਗੱਲ ਕਰੀਏ, ਸਾਡੇ ਇੱਥੇ ਕਈ ਵਿਸ਼ਾਲ ਰੈਲੀਆਂ ਜਿਹੜੀਆਂ ਨੇ
एक रैली असी भी इत्थे फिलाडेल्फिया च कीती सी जिहदे विच सारे कॉलेज यूनिवर्सिटी दे ईवन कि मिडल स्कूल तो लैके कॉलेज यूनिवर्सिटी लैवल तक के जिहड़े स्टूडेंट्स सीगे वह पूरी रैली दे विच ओह सीगे तां उन्होंने अपने विचार उत्थे दित्ते दसे ते उस दे नाल की हुंदा आ कि वर्ल्ड वाइड जिहड़ी एक गल जिहड़ी आ जी की हो की रहा वा ते सच की आ ओह जिहड़ा पूरी दुनिया दे विच हुण उस रैली दी मैं तुहानूं दसां गल उस दे विच साडे जिथे इंडिया दे वक्रे वक्रे स्टेटां दे स्टूडेंट सीगे उत्थे ही दूजे कंट्रीज दे या इत्थों दे भी जिहड़े सीगे ओह भी उन्होंने भी पार्टीसपेट किया उन्होंने भी देखिया है कि आ उस तो बाद उन्होंने सोशल मीडिया फॉलो करना शुरू किया जिन्हें भी पेजेस ने तो मैं ये भी कहांगा कि जिन्हें भी पेजेस है सोशल मीडिया के उपर कि भी उस दे उपर जाके जरूर अपने विचार दया करो हुण ते जिहड़े इत्थों दे नौजवान ने वो भी नाल जुड़ गए ने ते ए इस दे विच किते ना किते साडा सिर फकर दे नाल माण दे नाल उच्चा हो जांदा है जी। ਇਹਦੇ ਵਿੱਚ ਨਾ ਜੀ ਵੇਖੋ ਕਿਸਾਨ ਅੰਦੋਲਨ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਪਹਿਲਾਂ ਜਿਹੜਾ ਪੰਜਾਬ ਦਾ ਨੈਸ਼ਨਲ ਮੀਡੀਆ ਨੇ ਇੱਕ ਪ੍ਰਭਾਵ ਬਣਾਤਾ ਸੀ, ਇਮੇਜ ਬਣਾਤਾ ਸੀ, ਇਹ ਤਲਵਾਰਾਂ ਚਲਾਉਣੀਆਂ ਜਾਣਦੇ ਆ ਜੀ, ਇਹ ਬੰਦੂਕਾਂ ਚਲਾਉਣੀਆਂ ਜਾਣਦੇ ਆ ਜੀ, ਇਹ ਲੜਨਾ ਮਰਨਾ ਹੀ ਜਾਣਦੇ ਆ ਜੀ, ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਆ। ਇਹਨਾਂ ਲੰਮਾ ਸਮਾਂ ਤੇ ਇਹਨਾਂ ਪੀਸਫੁੱਲ ਜਿਹੜਾ ਵਾ ਕਿਸਾਨ ਅੰਦੋਲਨ ਚੱਲਣਾ, ਇਹਨਾਂ ਉਹ ਵੀ ਧੋਣੇ ਜਿਹੜੇ ਆ ਸਾਰੇ ਜਿਹੜੇ ਆ ਧੋ ਦਿੱਤੇ ਆ। ਦੂਸਰੀ ਗੱਲ ਜਦੋਂ ਅਮੈਰੀਕਾ 'ਚ ਬਿਲ ਦੇਣ ਵੱਲੋਂ ਹਮਲਾ ਕੀਤਾ ਗਿਆ ਸੀ ਉਹ ਟਾਵਰਾਂ 'ਤੇ, ਅਤੇ ਉਸ ਵੇਲੇ ਸਿੱਖਾਂ ਨੂੰ ਅਤੇ ਬਿਲ ਦੇਣ ਮੁਸਲਮਾਨਾਂ ਨੂੰ ਇੱਕੋ ਜਿਹਾ ਹੀ ਸਮਝਿਆ ਜਾਂਦਾ ਸੀ ਵੀ ਪੱਗ, ਅਤੇ ਸਾਡੇ ਸਿੱਖ ਭਰਾਵਾਂ 'ਤੇ ਬਾਹਰਲੇ ਦੇਸ਼ਾਂ 'ਤੇ ਹਮਲੇ ਵੀ ਹੋਏ ਜੀ ਸਰ। ਪਰ ਇਹਨਾਂ ਨੇ ਸਾਡੇ ਪਛਾਣ ਵੀ ਜਿਹੜੀ ਆ ਨਾ ਇੱਕ ਦਸਤਾਰ ਦੀ ਪਛਾਣ ਜਿਹੜੀ ਇੰਟਰਨੈਸ਼ਨਲ ਬਣਾਈ ਵੀ ਇਹ ਪੀਸਫੁੱਲ ਰਹਿ ਕੇ ਲੜਾਈ ਲੜਦੇ ਆ। ਅੱਜ ਬਾਹਰ ਦੀਆਂ ਸਟੇਟਾਂ ਬਾਹਰ ਦੇ ਕੰਟਰੀ ਵੀ ਕਿਸਾਨ ਅੰਦੋਲਨ ਤੋਂ ਜਿਹੜੀਆਂ ਨੇ ਸਿੱਧਾ ਲੈ ਰਹੇ ਆ, ਔਰ ਇਹ ਅੰਦੋਲਨ ਹੌਲੀ ਹੌਲੀ ਅੰਤਰਰਾਸ਼ਟਰੀ ਬਣਦਾ ਜਾ ਰਿਹਾ ਵਾ। ਵੱਖ ਵੱਖ ਕੰਟਰੀਆਂ ਦੀਆਂ ਲੋਕ ਸਭਾ 'ਚ ਪਾਰਲੀਮੈਂਟਾਂ ਦੇ ਵਿੱਚ ਉਹਨਾਂ ਦੇ ਐਮ ਪੀ, ਉਹਨਾਂ ਦੇ ਰਾਜ ਸਭਾ ਮੈਂਬਰ, ਉਹਨਾਂ ਦੇ ਸੈਨੇਟਰ ਜਿਹੜੇ ਆ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਆ। ਸੋ ਇਸ ਅੰਦੋਲਨ ਨੇ ਬਹੁਤ ਵੱਡੀਆਂ ਜਿਹੜੀਆਂ ਨੇ ਪ੍ਰਾਪਤੀਆਂ ਕੀਤੀਆਂ। ਸਭ ਤੋਂ ਵੱਡੀ ਪ੍ਰਾਪਤੀ ਇਹ ਆ ਕਿ ਅਸੀਂ ਜਿਹੜਾ ਵਾ ਸ਼ਾਂਤੀ ਦਾ ਝੰਡਾ ਲੈ ਕੇ ਅੱਗੇ ਵਧੇ ਹਾਂ ਅਤੇ ਉਹਦੇ 'ਤੇ ਪਹਿਰਾ ਦਿੱਤੇ ਹਾਂ। ਇਹਦੇ ਨਾਲ ਸਿੱਖਾਂ ਦਾ, ਪੰਜਾਬ ਦਾ, ਕਿਸਾਨਾਂ ਦਾ ਜਿਹੜਾ ਅਕਸ ਆ ਜਿਹੜਾ ਵਾ ਉਹ ਬਹੁਤ ਹੀ ਅੰਤਰਰਾਸ਼ਟਰੀ ਪੱਧਰ 'ਤੇ ਜਿਹੜਾ ਉੱਭਰਿਆ। ਇੱਥੋਂ ਤੱਕ ਕਿਹਾ ਜਾਂਦਾ ਕਿ ਜੇ ਹੁਣ ਕੋਈ ਲੜਾਈ ਡੈਮੋਕਰੇਸੀ ਨਾਲ ਲੜਨੀ ਆ ਉਹ ਕਿਸਾਨ ਲੀਡਰਸ਼ਿਪ ਤੋਂ ਸਿੱਖੇ, ਸਿੱਖਾਂ ਤੋਂ ਸਿੱਖੇ। ਇਹ ਸਾਨੂੰ ਅੱਜ ਜਿਹੜਾ ਇਸ ਗੱਲ ਦਾ ਜਿਹੜਾ ਵਾ ਮਾਣ ਆ। ਬਿੱਲ 'ਤੇ ਇੱਕ ਦਿਨ ਜਿਹੜੇ ਆ ਇਹ ਰੱਦ ਹੋਣੇ ਹੀ ਆ, ਇਹਦੇ ਬਗੈਰ ਗੁਜ਼ਾਰਾ ਨਹੀਂ ਹੈਗਾ। ਉਹ ਮੋਦੀ ਸਰਕਾਰ ਨੂੰ ਇੱਕ ਦਿਨ ਜਿਹੜੇ ਆ ਕਰਨੇ ਪੈਣੇ ਆ ਇਹ, ਕਿਉਂਕਿ ਉਹ ਕੋਈ ਵੱਖਵਾਦੀ ਹੈ ਕੋਈ ਹੈ ਨਹੀਂ ਆ ਅੰਦੋਲਨ, ਨਾ ਹੀ ਕੋਈ ਦੇਸ਼ ਨੂੰ ਤੋੜਨ ਵਾਲਾ। ਇਹ ਤਾਂ ਮੋਦੀ ਸਰਕਾਰ ਨੇ ਬਿੱਲ ਬਣਾਏ ਆ, ਉਹਨੂੰ ਇਹ ਰੱਦ ਜਿਹੜੇ ਆ ਕਰਨੇ ਪੈਣੇ। ਦੂਸਰੀ ਗੱਲ ਇੱਕ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ 26 ਜਨਵਰੀ ਨੂੰ ਜੋ ਘਟਨਾਵਾਂ ਵਾਪਰੀਆਂ ਨੇ ਉੱਥੇ ਅਸੀਂ ਪਹਿਲਾਂ ਵੀ ਇਹਨਾਂ ਨੂੰ ਸੁਨੇਹਾ ਭੇਜਿਆ ਸੀ ਜਿੱਦਣ ਇਹਨਾਂ 26 ਜਨਵਰੀ ਦਾ ਜਿਹੜਾ ਐਕਸ਼ਨ ਪ੍ਰੋਗਰਾਮ ਜਿਹੜਾ ਵਾ ਉਲੀਕਿਆ ਵਾ, ਅਸੀਂ ਇਹਨਾਂ ਨੂੰ ਭੇਜਿਆ ਸੀ ਵੀ ਤੁਹਾਡਾ ਐਕਸ਼ਨ ਪ੍ਰੋਗਰਾਮ ਠੀਕ ਆ ਪਰ ਤੁਹਾਡੀ ਡੇਟ ਗਲਤ ਆ, ਤੁਹਾਨੂੰ 26 ਜਨਵਰੀ ਨੂੰ ਜਿਹੜਾ ਵਾ ਇਹ ਪ੍ਰੋਗਰਾਮ ਨਹੀਂ ਦੇਣਾ ਚਾਹੀਦਾ, ਇਹਦੇ ਨਾਲ ਟਕਰਾਅ ਵਧੂਗਾ ਤੇ ਅੰਦੋਲਨ ਜਿਹੜਾ ਵਾ ਆਪਣਾ ਖਿੰਡੂਗਾ, ਟਕਰਾਅ ਦੇ ਵਿੱਚ ਹਿੰਸਕ ਕਾਰਵਾਈਆਂ ਹੋ ਸਕਦੀਆਂ, ਸਰਕਾਰ ਨੂੰ ਬਹਾਨਾ ਮਿਲ ਸਕਦਾ ਵਾ। ਇਹ ਜਿਹੜਾ ਐਕਸ਼ਨ ਪ੍ਰੋਗਰਾਮ ਆ 25 ਦਾ ਕਰ ਲੈਂਦੇ, 24 ਦਾ ਕਰ ਲੈਂਦੇ, 30 ਦਾ ਕਰ ਲੈਂਦੇ, 31 ਦਾ ਕਰ ਲੈਂਦੇ, 26 ਦਾ ਨਹੀਂ ਸੀ ਕਰਨਾ ਚਾਹੀਦਾ। ਚਲੋ ਜੋ ਹੋ ਗਿਆ ਸੋ ਹੋ ਗਿਆ, ਪਰ ਜਿਸ ਤਰ੍ਹਾਂ ਨੌਜਵਾਨਾਂ ਨੇ ਲਾਲ ਕਿਲੇ ਨੂੰ ਜਿਹੜਾ ਵਾ ਕੂਚ ਕੀਤਾ ਉਹ ਵੀ ਸਾਡੇ ਕਿਸਾਨ ਅੰਦੋਲਨ ਦੇ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੇ ਨੌਜਵਾਨਾਂ 'ਚ ਜਜ਼ਬਾਤ ਭਰੇ, ਇੱਕ ਗੁੱਸੇ ਦੀ ਲਹਿਰ ਭਰੀ ਕਿ ਤੇ ਨੌਜਵਾਨਾਂ ਨੇ ਕੋਈ ਕਿਸੇ ਨੂੰ ਮਾਰਨ ਲਈ, ਕਿਸੇ ਲੁੱਟਣ ਨੂੰ ਲਾਲ ਕਿਲੇ ਵੱਲ ਨਹੀਂ ਵਧੇ। ਉਹਨਾਂ ਦੇ ਅੰਦਰ ਇੱਕ ਗੁੱਸਾ ਕਿ ਮੋਦੀ ਸਰਕਾਰ ਦੀ ਧੌਣ 'ਤੇ ਆਪਾਂ ਗੋਡਾ ਰੱਖਣਾ ਵਾ ਤੇ ਆਪਾਂ ਲਾਲ ਕਿਲੇ ਤੱਕ ਜਿਹੜਾ ਵਾ ਪਹੁੰਚਣਾ। ਜੀ ਸਰ, ਗੱਲਬਾਤ ਇੱਥੋਂ ਹੀ ਕੰਟੀਨਿਊ ਰੱਖਾਂਗੇ ਤੇ ਵੇਲਾ ਇੱਕ ਹੋ ਚੱਲਿਆ ਵਾ ਬ੍ਰੇਕ ਲੈਣ ਦਾ, ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦਰਸ਼ਕੋ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ, ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪੰਜਾਬੀ 'ਤੇ ਚੱਲ ਰਹੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ ਉਹਨਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜ ਸਕਦੇ ਹੋ।
nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਸੋ ਦਰਸ਼ਕੋ, ਅੱਜ ਦੇ ਜਿਹੜੇ ਸਾਡੇ ਮਹਿਮਾਨ ਮਨਜੀਤ ਸਿੰਘ ਭੋਮਾ, ਜਿਨ੍ਹਾਂ ਦੀ ਆਪਣੇ ਦੇਸ਼ ਨੂੰ, ਆਪਣੀ ਕੌਮ ਨੂੰ ਜਿਹੜੀ ਦੇਣ ਆ, ਜਿੱਥੇ ਉਹਨਾਂ ਦੇ ਸੁਝਾਅ ਨੇ, ਉਹਨਾਂ ਦਾ ਲਾਈਫ ਦਾ ਐਕਸਪੀਰੀਅੰਸ ਆ, ਜੋ ਉਹਨਾਂ ਨੇ ਆਪਣੇ 'ਤੇ ਹੰਢਾਈ ਆ, ਉਹਨਾਂ ਦੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਅਸੀਂ ਕਰ ਰਹੇ ਹਾਂ। ਸੋ ਭੋਮਾ ਸਾਹਿਬ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਤੁਹਾਡਾ। ਸੋ ਭੋਮਾ ਸਾਹਿਬ, ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਤਾਂ ਉਹਨਾਂ ਦੀ ਗੱਲ ਸੁਣ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਆਪਣੀ ਜਿੱਥੇ ਆਪਾਂ ਸੀਗੇ ਉੱਥੇ ਅੱਗੇ ਕੰਟੀਨਿਊ ਰੱਖਾਂਗੇ, ਅਤੇ ਸਮਾਂ ਵੀ ਇੰਨਾ ਜ਼ਿਆਦਾ ਨਹੀਂ ਆ। ਸੋ ਇੱਕ ਕਾਲਰ ਲੈ ਲੈਂਦੇ ਹਾਂ ਜੀ। ਹੈਲੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਹਰਬੰਸ ਸਿੰਘ ਢਿੱਲੋਂ ਬੋਲ ਰਿਹਾ। ਹਾਂਜੀ ਢਿੱਲੋਂ ਸਾਹਿਬ, ਮੈਂ ਦੇਖ ਲਿਆ ਸੀ ਨੰਬਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫੇਰ। ਤੁਸੀਂ ਇੱਕ ਬੜੀ ਚੰਗੀ ਸ਼ਖਸੀਅਤ ਸਰਦਾਰ ਮਨਜੀਤ ਸਿੰਘ ਜੀ ਭੁੰਮਾ ਜੀ ਨੂੰ ਸਾਡੇ ਰੂਬਰੂ ਲੈ ਕੇ ਆਏ ਜੇ, ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਵਧਾਈ ਦਿੰਦਾ ਜਸ ਪੰਜਾਬੀ ਦੇ 14 ਸਾਲ ਪੂਰੇ ਹੋਣ ਤੇ ਤੁਹਾਨੂੰ ਮੁਬਾਰਕਾਂ। ਜਸ ਪੰਜਾਬੀ ਹੁਣ ਮੁਸਫੁੱਟ ਹੋ ਗਿਆ, ਤੁਹਾਨੂੰ ਵਧਾਈਆਂ ਤੇ ਤੁਹਾਡੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ, ਧੰਨਵਾਦ। ਸਰਦਾਰ ਮਨਜੀਤ ਸਿੰਘ ਤੋਂ ਇਹਨਾਂ ਦੇ ਸਾਰੇ ਵਿਚਾਰ ਸੁਣੇ, ਇਹਨਾਂ ਦਾ ਸਾਰਾ ਜਿੰਨਾ ਜੀਵਨ ਆ, ਕਿਉਂਕਿ ਮੈਂ ਵੀ ਇਹਨਾਂ ਦੇ ਜ਼ਿਲ੍ਹੇ ਨੂੰ ਬਿਲੋਂਗ ਰੱਖਦਾ, ਇਹਨਾਂ ਦੇ ਪਿੰਡ ਮੇਰੀਆਂ ਰਿਸ਼ਤੇਦਾਰੀਆਂ ਵੀ ਨੇ, ਤੇ ਕੋਈ ਵੀ ਇਨਸਾਨ ਆਪਣੇ ਚੰਗੇ ਕਰਤਬਾਂ ਤੋਂ, ਆਪਣੀਆਂ ਚੰਗੀਆਂ ਸੇਵਾਵਾਂ ਤੋਂ ਜਾਣਿਆ ਜਾਂਦਾ, ਤੇ ਜਿਸ ਸੰਬੰਧੀ ਜਦੋਂ ਕਿਸੇ ਦੀ ਉਹਦੇ ਪਰਿਵਾਰ ਵਿੱਚ, ਸਮਾਜ ਵਿੱਚ, ਜ਼ਿਲ੍ਹੇ ਵਿੱਚ, ਸਟੇਟ ਵਿੱਚ, ਸਾਰੇ ਉਹਦੀ ਸੋਭਾ ਹੋਵੇ, ਤੇ ਸਾਨੂੰ ਉਹ ਕਹਿਣਾ ਪੈਂਦਾ ਕਿ ਇਹ ਇੱਕ ਚੰਗੇ ਇਨਸਾਨ ਹੈ। ਸਰਦਾਰ ਮਨਜੀਤ ਸਿੰਘ ਭੋਮਾ ਜੀ ਵੀ ਇੱਕ ਉਹਨਾਂ ਵਿੱਚੋਂ ਆ, ਜਿਹਨਾਂ ਦੀਆਂ ਕੀਤੀਆਂ ਸੇਵਾਵਾਂ ਨੂੰ ਅਸੀਂ ਪਹਿਲਾਂ ਤੋਂ ਹੀ ਜਾਣਦੇ ਹਾਂ, ਸੁਣਿਆ ਹੈ, ਵੇਖਿਆ ਹੈ, ਤੇ ਜੋ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਸੰਘਰਸ਼ ਬਾਰੇ ਤੁਹਾਨੂੰ ਬਿਆਨ ਕੀਤਾ, ਮੈਂ ਬਿਲਕੁਲ ਕਹਿੰਦਾ ਵੀ ਜੋ ਉਹਨਾਂ ਕੀਤਾ ਤੇ ਜੋ ਉਹਨਾਂ ਕਿਹਾ ਉਹਦੇ ਵਿੱਚ ਕੋਈ ਫਰਕ ਨਹੀਂ, ਉਹਨਾਂ ਬਿਲਕੁਲ ਠੀਕ ਹੈ। ਉਹਦੀਆਂ ਦੋ ਵਜ੍ਹਾ, ਇੱਕ ਤੇ ਆਪ ਇਹ ਪਹਿਲਾਂ ਹੀ ਇਸੋ ਜੀ ਸੰਸਥਾ ਨਾਲ, ਇਹੋ ਜਿਹੇ ਪਿੰਡ ਨਾਲ, ਇਹੋ ਜਿਹੇ ਸਮਾਜ ਨਾਲ ਜੁੜੇ ਹੋਏ ਸੀ ਜਿੱਥੋਂ ਉਹਨਾਂ ਨੇ ਆਪਣਾ ਬਹੁਤ ਕੁਝ ਗ੍ਰਹਿਣ ਕੀਤਾ, ਤੇ ਉਸ ਤੋਂ ਬਾਅਦ ਇਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਦੀ ਭਿੰਡਰਾਂ ਵਾਲਿਆਂ ਦੇ ਨਾਲ ਰਹਿ ਕੇ ਜੋ ਆਪਣੀਆਂ ਸੇਵਾਵਾਂ ਨਿਭਾਈਆਂ ਉਹਨਾਂ ਨਾਲ, ਕਿਉਂਕਿ ਸੰਤ ਜੀ ਨੂੰ ਤੇ ਅਸੀਂ ਪਹਿਲਾਂ ਹੀ ਸਲਾਹੁੰਦੇ ਤੇ ਉਹਨਾਂ ਦੇ ਦਾ ਸਤਿਕਾਰ ਕਰਦੇ ਹਾਂ, ਤੇ ਇਹ ਉਹਨਾਂ ਨਾਲ ਜੁੜੇ ਹੋਏ ਸੱਜਣ ਵੀ ਬੜੇ ਸਤਿਕਾਰਤ ਹਨ। ਇੱਕ ਦਿਨ ਮੈਂ ਟੀਵੀ ਤੇ ਸੁਣ ਰਿਹਾ ਸੀ, ਇੱਕ ਹਿੰਦੂ ਜੈਂਟਲਮੈਨ ਬੋਲ ਰਿਹਾ ਸੀ ਵੀ ਅੱਜ ਇੱਕ ਹੋਰ ਭਿੰਡਰਾਂ ਵਾਲੇ ਦੀ ਲੋੜ ਹੈ। ਗੱਲ ਉਹਦੀ ਸੁਣਦੇ, ਉਹਦੀ ਗੱਲ ਦੇ ਵਿੱਚ ਵਜਨ ਸੀ ਤੇ ਜੋ ਸਾਡੇ ਦਿਲ ਨੂੰ ਪਹਿਲਾਂ ਵੀ ਪਾਉਂਦੀ ਆ। ਉਹ ਕਹਿੰਦਾ ਜੇ ਅੱਜ ਸੰਤ ਜਰਨੈਲ ਸਿੰਘ, ਉਹ ਤੇ ਕਹਿੰਦਾ 12 ਭਿੰਡਰਾਂ ਵਾਲੇ ਹੋਰ ਚਾਹੀਦੇ ਆ, ਮੈਂ ਵੀ ਉਹ ਇੱਕ ਹੀ ਜਰਨੈਲ ਬੜਾ ਵੱਡਾ ਸੀ। ਉਹ ਕਹਿੰਦਾ ਉਹ ਜੇ ਅੱਜ ਹੁੰਦੇ ਤੇ ਅੱਜ ਆ ਨਸ਼ੇਬੰਦੀ ਵਾਲੀ ਜਿਹੜੀ ਗੱਲ ਹੈ ਉਹਨਾਂ ਦੇ ਹੁੰਦਿਆਂ ਇਹ ਨਸ਼ੇ ਵਾਲੀ ਗੱਲ ਨਹੀਂ ਸੀ ਚੱਲਣੀ, ਜੋ ਅੱਜ ਕੱਲ੍ਹ ਬਲਾਤਕਾਰ ਹੁੰਦੇ ਇਹ ਅੱਜ ਕੱਲ੍ਹ ਨਹੀਂ ਸੀ ਚੱਲਣੇ, ਜੋ ਕੁਝ ਲੋਕਾਂ ਵਿੱਚ ਲੁੱਟ ਖੋਹ ਦਾ ਸਾਰਾ ਕੁਛ ਵਾਪਰਿਆ ਉਹ ਨਹੀਂ ਸੀ ਚੱਲਣੇ। ਇਹ ਇੱਕ ਇਹੋ ਜਿਹੀ ਸਤਿਕਾਰਤ ਸ਼ਖਸੀਅਤ ਦੇ ਨਾਲ ਰਹੇ ਆ ਭੋਮਾ ਜੀ, ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਦਾ ਵੀ ਇਹਨਾਂ ਤੇ ਚੰਗਾ ਅਸਰ ਰਿਹਾ। ਦੂਜੀ ਗੱਲ ਹੁਣੇ ਭੋਮਾ ਜੀ ਕਰ ਰਹੇ ਸੀ ਲੀਡਰਾਂ ਦੀ, ਲੀਡਰ ਕੀ ਕਿੱਦਾਂ, ਲੀਡਰਾਂ ਦੇ ਬਾਰੇ ਜੋ ਮੈਂ ਗੱਲ ਕਹਿਣਾ ਚਾਹੁੰਦਾ, ਪਹਿਲੀ ਗੱਲ ਤੇ ਚੰਗੇ ਲੀਡਰ, ਚੰਗੇ ਸਮਾਜਿਕ ਸੇਵੀ ਜਿਹੜੇ ਆ ਉਹ ਪੈਸੇ ਦੀ ਘਾਟ ਕਾਰਨ ਅੱਗੇ ਨਹੀਂ ਆ ਸਕਦੇ। ਤੁਹਾਨੂੰ ਛੋਟੀ ਜਿਹੀ ਉਦਾਹਰਨ ਵੀ ਦੇਵਾਂਗਾ, ਜਿਸ ਤਰ੍ਹਾਂ ਬਾਬਾ ਸੋਹਣ ਸਿੰਘ ਭਗਨਾ ਜੀ ਨੇ 27 ਸਾਲ ਜੇਲ੍ਹ ਕੱਟੀ, 28 ਸਾਲ ਮੇਰਾ ਖਿਆਲ ਉਹ ਜਦੋਂ ਸਾਡਾ ਦੇਸ਼ ਆਜ਼ਾਦ ਹੋ ਗਿਆ ਉਹਨਾਂ ਆਜ਼ਾਦੀ ਤੋਂ ਬਾਅਦ ਵੀ ਜੇਲ੍ਹ ਕੱਟੀ। ਉਹ ਪਹਿਲੀ ਵਾਰ ਉਹਨਾਂ ਨੂੰ ਉਹ ਇਲੈਕਸ਼ਨ ਵਿੱਚ ਨਹੀਂ ਖਲੋਣਾ ਚਾਹੁੰਦੇ, ਉਹ ਇਲੈਕਸ਼ਨ ਵਿੱਚ ਖਲੋ ਗਏ। ਸਾਰੀ ਜ਼ਿੰਦਗੀ ਉਹਨਾਂ ਆਪਣੀ ਆਪਣੇ ਦੇਸ਼ ਵਾਸਤੇ ਲਾਤੀ, ਉਹਨਾਂ ਦੀ ਜਿਹੜੀ ਮੇਰੇ ਖਿਆਲ 20-25 ਏਕੜ ਜ਼ਮੀਨ ਸੀ ਉਹਨਾਂ ਕੋਲ, ਉਹ ਉਹਨਾਂ ਸਾਰੀ ਆਪਣੇ ਪਿੰਡ ਦੇ ਸਕੂਲ ਭਗਨਾ ਨੂੰ ਦੇ ਦਿੱਤੀ। ਸਾਡਾ ਪਰਿਵਾਰ ਵੀ ਉਹ ਭਗਨਾ ਸਕੂਲ ਨਾਲ ਪੜ੍ਹਦਾ ਰਿਹਾ। ਔਰ ਉਹ ਜਦੋਂ ਪਹਿਲੀ ਵਾਰ ਇਲੈਕਸ਼ਨ ਵਿੱਚ ਖਲੋਤੇ ਉਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਈ, ਪਤਾ ਨਹੀਂ ਲੋਕੀ ਹੋਰ ਕੀ ਉਹਨਾਂ ਵਿੱਚ। ਮੈਂ ਮੇਰਾ ਕਿਉਂਕਿ ਮੇਰਾ ਏਰੀਆ ਸੀ ਜਿੱਥੇ ਉਹ ਖਲੋਤੇ ਸੀ, ਮੈਂ ਆਪਣੇ
ਲੋਕਾਂ ਨੂੰ ਕੀ ਕਹਾਂ, ਮੇਰੇ ਮੂੰਹ ਕੋਈ ਸ਼ਬਦ ਨਹੀਂ ਕੱਢਣਾ ਚਾਹੁੰਦਾ। ਸੋ ਮੇਰਾ ਮਤਲਬ ਵੀ ਅਸੀਂ ਜੇ ਲੀਡਰ ਮਾੜੇ ਆ ਤੇ ਅਸੀਂ ਵੀ ਬੜੇ ਮਾੜੇ। ਉਹਨਾਂ ਦੇ ਮੁਕਾਬਲੇ ਦੇ ਉਸ ਬੰਦੇ ਨੂੰ ਚੁਣਿਆ ਗਿਆ ਜਿਹਨਾਂ ਨੂੰ ਪੁਰਾਣੇ ਜੈਲਦਾਰਾਂ ਜੋ ਕਹਿੰਦੇ ਆ ਵੀ ਇਹ ਅੰਗਰੇਜ਼ਾਂ ਦੇ ਟੌਟ ਰਹੇ, ਇਹ ਏਦਾਂ ਰਹੇ, ਜੋ ਵੀ ਰਹੇ। ਹਾਂਜੀ ਢਿੱਲੋਂ ਸਾਹਿਬ, ਢਿੱਲੋਂ ਸਾਹਿਬ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਲੰਬੀ ਗੱਲਬਾਤ ਨਹੀਂ ਹੋ ਸਕਦੀ। ਜਿੰਨੀ ਵੀ ਜਾਣਕਾਰੀ ਦਿੱਤੀ ਬਹੁਤ ਸੀਗੀ, ਅਤੇ ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ ਉਹਨਾਂ ਨਾਲ ਵੀ ਜਾਂਦੇ ਜਾਂਦੇ ਸਾਡੇ ਕੋਲ 3-4 ਮਿੰਟ ਰਹਿ ਗਏ ਨੇ ਬਸ। ਅੱਛਾ ਠੀਕ ਹੈ ਜੀ, ਥੈਂਕ ਯੂ ਸੋ ਮਚ ਟਾਈਮ, ਚਲੋ ਜ਼ਿਆਦਾ ਮੈਨੂੰ ਚਾਹੀਦਾ ਹੈ, ਚਲੋ ਫਿਰ ਕਿਤੇ ਸਹੀ। ਜੀ 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 ਸਾਹਿਬ ਧੰਨਵਾਦ ਜੀ, ਭੋਮਾ ਜੀ ਤੁਹਾਡਾ ਧੰਨਵਾਦ, ਨਿਕਸ਼ਾ ਤੁਹਾਡਾ ਧੰਨਵਾਦ ਜੀ, ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ ਜੀ। ਅੱਛਾ ਨਿਕ ਜੀ, ਮੈਂ 2-3 ਗੱਲਾਂ ਕਹਿਣੀਆਂ ਚਾਹੁੰਦਾ 2-3 ਮਿੰਟ ਦੇ ਵਿੱਚ। ਜੀ ਸਰ। ਇੱਕ ਪੰਜਾਬ ਦੇ ਲੋਕਾਂ ਦੀ ਰੀਝ ਆ ਕਿ ਅਕਾਲੀਆਂ ਤੇ ਕਾਂਗਰਸੀਆਂ ਤੋਂ ਪੰਜਾਬ ਦਾ ਖਹਿੜਾ ਛਡਾਇਆ ਜਾਵੇ। ਇਸ ਵਾਸਤੇ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਜੋ ਸਾਡੇ ਪ੍ਰਧਾਨ ਨੇ ਜੀ, ਉਹ ਯਤਨ ਕਰ ਰਹੇ ਆ। ਆਮ ਪਾਰਟੀ ਦੇ ਜਿਹੜੇ ਚੀਫ ਨੇ ਅਰਵਿੰਦ ਕੇਜਰੀਵਾਲ ਜੀ, ਕਿ ਇਹਨਾਂ ਦੋਨਾਂ ਧਿਰਾਂ ਦਾ ਆਪਸ ਵਿੱਚ ਸਮਝੌਤਾ ਹੋਵੇ। ਹੋਰ ਵੀ ਜਿਹੜੀਆਂ ਐਂਟੀ ਕਾਂਗਰਸ, ਐਂਟੀ ਬੀਜੇਪੀ, ਐਂਟੀ ਜਿਹੜੀਆਂ ਨੇ ਅਕਾਲੀ ਦਲ, ਬਾਦਲ, ਖਾਸ ਕਰਕੇ ਬਾਦਲ, ਇਹ ਸਾਰੀਆਂ ਜਿਹੜੀਆਂ ਨੇ ਪੰਥਕ ਧਿਰਾਂ ਨੂੰ, ਰਾਜਨੀਤਿਕ ਧਿਰਾਂ ਨੂੰ ਇੱਕ ਥਾਂ ਇਕੱਠਿਆਂ ਕਰਕੇ 2022 ਦੀਆਂ ਚੋਣਾਂ ਜਿਹੜੀਆਂ ਨੇ, ਉਹ ਸਾਨੂੰ ਆਸ ਆ ਕਿ ਅਸੀਂ ਢੀਂਡਸਾ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ 'ਚ ਲੜਾਂਗੇ ਤੇ 100 ਦੇ ਕਰੀਬ ਜਿਹੜੀਆਂ ਨੇ ਸੀਟਾਂ ਜਿਹੜੀਆਂ ਨੇ ਇਹ ਗੱਠਜੋੜ ਜਿਹੜਾ ਵਾ ਪੰਜਾਬ ਦੇ ਵਿੱਚ ਜਿੱਤ ਕੇ ਤੇ ਅੱਗੇ ਆਊਗਾ। ਇਹ ਢੀਂਡਸਾ ਸਾਹਿਬ ਦਾ ਜਿਹੜਾ ਵਾ ਅਸੀਂ ਜਿਹੜਾ ਇੱਕ ਪਲੈਨ ਲਿਖਿਆ। ਦੂਸਰੀ ਗੱਲ ਕਿ ਕਾਂਗਰਸ ਤੇ ਜਿਹੜੇ ਅਕਾਲੀ ਨੇ, ਇਹਨਾਂ ਨੇ ਵਿਦਿਆਰਥੀ ਨੌਜਵਾਨ ਲੀਡਰਸ਼ਿਪ ਅੱਜ ਤੱਕ ਉੱਠਣ ਨਹੀਂ ਦਿੱਤੀ। ਦਿੱਲੀ ਯੂਨੀਵਰਸਿਟੀ ਚੋਣਾਂ ਹੋ ਸਕਦੀਆਂ ਨੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਣਾਂ ਹੋ ਸਕਦੀਆਂ ਨੇ, ਪਰ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਕਾਲਜਾਂ 'ਚ ਕਿਤੇ ਚੋਣਾਂ ਨਹੀਂ, ਨਾ ਕਾਂਗਰਸ ਕਰਾਉਂਦੀ ਆ ਤੇ ਨਾ ਜਿਹੜੇ ਆ ਬਾਦਲ ਕੇ ਕਰਾਉਂਦੇ ਆ ਜਦੋਂ ਇਹ ਸੱਤਾ 'ਚ ਆਉਂਦੇ ਆ। ਇਹ ਆਪਣੇ ਯੂਨੀਵਰਸਿਟੀਆਂ 'ਚੋਂ ਪੁੱਤ ਭਤੀਜੇ ਅੱਗੇ ਕੱਢ ਕੇ ਤੇ ਉਹਨਾਂ ਰਾਹੀਂ ਕੰਮ ਜਿਹੜੇ ਆ ਲੈਂਦੇ ਆ। ਜਿਹੜੀ ਅਸਲ ਲੀਡਰਸ਼ਿਪ ਆ ਵਿਦਿਆਰਥੀਆਂ ਦੀ, ਉਹਨੂੰ ਇਹ ਬਣਨ ਦਿੰਦੇ ਨਹੀਂ ਆ। ਸਾਡੀ ਪੰਜਾਬ ਸਰਕਾਰ ਤੋਂ ਜਿਹੜੀ ਪੁਰਜ਼ੋਰ ਮੰਗ ਆ ਕਿ ਪੰਜਾਬ ਦੇ ਵਿੱਚ ਵਿਦਿਆਰਥੀ ਚੋਣਾਂ ਕਰਾਈਆਂ ਜਾਣ, ਨੌਜਵਾਨ ਤੇ ਵਿਦਿਆਰਥੀ ਆਪਣੇ ਨੇਤਾ ਆਪ ਚੁਣਨ ਤੇ ਆਪਣੇ ਮਸਲੇ ਜਿਹੜੇ ਆ ਆਪ ਹੱਲ ਕਰਾਉਣ। ਜੇ ਪੰਚਾਇਤ ਦੀਆਂ ਚੋਣਾਂ ਹੋ ਸਕਦੀਆਂ ਨੇ, ਬਲਾਕ ਸੰਮਤੀ ਦੀਆਂ ਹੋ ਸਕਦੀਆਂ ਨੇ, ਮਿਊਂਸੀਪਲ ਕਮੇਟੀ ਦੀਆਂ ਹੋ ਸਕਦੀਆਂ, ਸ਼੍ਰੋਮਣੀ ਕਮੇਟੀ ਦੀਆਂ ਹੋ ਸਕਦੀਆਂ, ਵਿਧਾਨ ਸਭਾ ਪਾਰਲੀਮੈਂਟ ਦੀਆਂ ਹੋ ਸਕਦੀਆਂ, ਵਿਦਿਆਰਥੀ ਚੋਣਾਂ ਕਿਉਂ ਨਹੀਂ ਹੋ ਸਕਦੀਆਂ? ਇਹ ਇਹਨਾਂ ਦੋਨਾਂ ਧਿਰਾਂ ਦੀ, ਬਾਦਲਕਿਆਂ ਦੀ ਤੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਬੇਈਮਾਨੀ ਆ ਕਿ ਇਹ ਨੌਜਵਾਨ ਲੀਡਰਸ਼ਿਪ ਜਿਹੜੀ ਆ ਇਹ ਚੋਣਾਂ ਰਾਹੀਂ ਲੜ ਕੇ ਅੱਗੇ ਆ ਕੇ ਤੇ ਸਾਥੋਂ ਜਿਹੜੀ ਆ ਸਤਾ ਖੋਲੂਗੀ। ਸੋ ਮੇਰੀ ਵਿਦਿਆਰਥੀ ਵੀਰਾਂ ਨੂੰ ਇਹ ਬੇਨਤੀ ਆ, ਆਓ ਸਾਰੇ ਰਲ ਮਿਲ ਕੇ ਆਪਾਂ ਵਿਦਿਆਰਥੀ ਚੋਣਾਂ ਕਰਾਉਣ ਲਈ ਪੰਜਾਬ ਸਰਕਾਰ ਤੇ ਦਬਾਅ ਪਾਈਏ, ਪੰਜਾਬ 'ਚ ਵਿਦਿਆਰਥੀ ਚੋਣਾਂ ਹੋਣ, ਵਿਦਿਆਰਥੀ ਆਪਣਾ ਨੇਤਾ ਆਪ ਚੁਣਨ ਤੇ ਆਪਣੇ ਫੈਸਲੇ ਆਪ ਕਰਨ। ਪੰਜਾਬ ਦੀ ਤਕਦੀਰ ਜਿਹੜੀ ਆ ਨੌਜਵਾਨਾਂ ਦੇ ਹੱਥ ਜਿਹੜੀ ਆ ਆਉਣੀ ਚਾਹੀਦੀ ਆ, ਇਹ ਸਾਡੀ ਅੰਤਰੀ ਭਾਵਨਾ ਵਾ। ਅਸੀਂ ਜਦੋਂ ਆਪਣਾ ਇਲੈਕਸ਼ਨ ਦਾ ਏਜੰਡਾ ਬਣਾਇਆ, ਚੋਣ ਮੈਨੀਫੈਸਟੋ ਬਣਾਇਆ, ਅਸੀਂ ਪਹਿਲ ਦੇ ਆਧਾਰ ਤੇ ਜਿਹੜੀਆਂ ਨੇ ਪੰਜਾਬ 'ਚ ਚੋਣਾਂ ਕਰਾਉਣ ਦਾ ਜਿਹੜਾ ਵਾ ਮੈਨੀਫੈਸਟੋ ਦੇ ਵਿੱਚ ਪਹਿਲੀ ਮੰਗ ਇਹ ਲੈ ਕੇ ਅਸੀਂ ਜਿਹੜੀ ਆ ਆਵਾਂਗੇ, ਜਿਹੜੀ ਅੱਜ ਤੱਕ ਇਹ ਨਾ ਕਾਂਗਰਸ ਹੀ ਲਿਆ ਰਹੇ ਨਾ ਅਕਾਲੀ ਲਿਆ ਰਹੇ। ਸੋ ਇਹ ਸਾਡੇ ਯੂਥ ਨੂੰ ਸਰ, ਜਿਹੜੇ ਸਾਡੇ ਯੂਥ ਨੂੰ, ਪੰਜਾਬ ਦੇ ਯੂਥ ਨੂੰ ਜਿੱਥੇ ਗੋਲੀਆਂ ਚਲਾਉਣ 'ਚ ਦਿਖਾਉਂਦੇ ਨੇ, ਨਸ਼ੇ ਪੱਤਿਆਂ 'ਚ ਦਿਖਾਉਂਦੇ ਨੇ, ਜਿਹੜਾ ਕਿ ਇੱਕ ਹੋਰ ਕਿਸੇ ਆਪਾਂ ਸਟੇਟ ਦੇ ਵਿੱਚ ਇਹ ਚੀਜ਼ਾਂ ਨਹੀਂ ਦੇਖੀਆਂ ਕਿ ਕਿਤੇ ਮੀਡੀਆ ਦੇ ਵਿੱਚ ਆ ਇੱਧਰ ਉੱਧਰ ਦਿਖਾਈਆਂ ਗਈਆਂ ਹੁਣ, ਉਹਨਾਂ ਨੂੰ ਇੱਕ ਗਲਤ ਤਰੀਕੇ ਨਾਲ ਹਾਈਲਾਈਟ ਕੀਤਾ ਜਾਂਦਾ ਆ। ਸੋ ਲੋੜ ਹੈਗੀ ਆ ਨੌਜਵਾਨਾਂ ਨੂੰ ਅੱਗੇ ਆਉਣ ਦੀ, ਅਤੇ ਅੱਗੇ ਆ ਗਏ ਨੇ, ਅਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਜੀ ਵਿਹੜਾ ਹੋ ਚੱਲਿਆ ਆਜ਼ਾਦ ਲੈਣ ਦਾ? ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮੇਰੀ ਇਹ ਬੇਨਤੀ ਆ ਕਿ ਉਹਨਾਂ ਦੇ ਮਨ ਦੀ ਆਵਾਜ਼ ਆ, ਪੰਜਾਬ ਦੀ ਜਨਤਾ ਦੀ ਮਨ ਦੀ ਆਵਾਜ਼ ਆ ਕਿ ਕਾਂਗਰਸ ਤੇ ਬਾਦਲ ਕਿਆਂ ਤੋਂ ਪੰਜਾਬ ਦਾ ਖਹਿੜਾ ਛਡਾਈਏ ਤੇ ਤੀਸਰੀ ਧਿਰ ਜਿਹੜੀ ਆ ਸੱਤਾ 'ਚ ਲਿਆਈਏ। ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿੱਥੇ ਜਿੱਥੇ ਵੀ ਜਿਹੜੀ ਐਂਟੀ ਬਾਦਲ ਕਾਂਗਰਸ ਜਿਹੜੀਆਂ ਧਿਰਾਂ ਬੈਠੀਆਂ ਨੇ, ਇਹਨਾਂ ਤੇ ਆਪੋ ਆਪਣੇ ਤਰੀਕੇ ਦੇ ਨਾਲ, ਆਪੋ ਆਪਣੇ ਲਿੰਕਾਂ ਨਾਲ ਜਿਹੜਾ ਵਾ ਦਬਾਅ ਬਣਾਓ, ਪ੍ਰਭਾਵ ਬਣਾਓ, ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ 2022 ਦੀਆਂ ਚੋਣਾਂ ਲੜੀਏ, ਕੈਪਟਨ ਅਮਰਿੰਦਰ ਸਿੰਘ ਤੇ ਬਾਦਲਿਆਂ ਕੋਲ ਪੰਜਾਬ ਖੋਈਏ ਤੇ ਪੰਜਾਬ ਨੂੰ ਨਵਾਂ ਪੰਜਾਬ ਬਣਾਈਏ।
ਖੁਸ਼ਹਾਲ ਪੰਜਾਬ ਬਣਾਈਏ, ਤਰੱਕੀ ਦੇ ਰਾਹ ਪੰਜਾਬ ਨੂੰ ਲੈ ਕੇ ਜਾਈਏ, ਹੈਲਥ ਸਿਸਟਮ ਠੀਕ ਕਰੀਏ, ਐਜੂਕੇਸ਼ਨ ਜਿਹੜੀ ਆ ਠੀਕ ਕਰੀਏ, ਨੌਜਵਾਨਾਂ ਹੱਥ ਜਿਹੜੀ ਆ ਪੰਜਾਬ ਦੀ ਜਿਹੜੀ ਆ ਲੀਡਰਸ਼ਿਪ ਜਿਹੜੀ ਦਈਏ, ਇਹ ਸਾਡੀ ਜਿਹੜੀ ਆ ਅੰਤਰੀ ਭਾਵਨਾ। ਪੰਜਾਬ ਜਿਹੜਾ ਆਰਥਿਕ ਤੌਰ ਤੇ ਪਛੜਿਆ ਵਾ, ਇਹਨਾਂ ਦੋਵਾਂ ਧਿਰਾਂ ਨੇ ਪਛਾੜਿਆ, ਕੋਈ ਇੰਡਸਟਰੀ ਨਹੀਂ ਇਹਨਾਂ ਆਉਣ ਦਿੱਤੀ, ਕੋਈ ਖੇਤੀ ਆਧਾਰਿਤ ਇਹਨਾਂ ਪੰਜਾਬ 'ਚ ਇੰਡਸਟਰੀ ਨਹੀਂ ਲਾਈ। ਸੋ ਪੰਜਾਬ ਨੂੰ ਆਰਥਿਕ ਤੌਰ ਤੇ ਤਕੜਿਆਂ ਕਰਨ ਦੀ ਜਿਹੜੀ ਆ ਲੋੜ ਆ, ਉਹ ਤਾਂ ਹੀ ਹੋ ਸਕਦਾ ਤੀਸਰੀ ਧਿਰ ਆਵੇ ਤੇ ਨੌਜਵਾਨਾਂ ਦੇ ਹੱਥ ਜਿਹੜੀ ਆ ਪੰਜਾਬ ਦੀ ਵਾਗਡੋਰ ਹੋਵੇ, ਤੇ ਤਾਂ ਹੀ ਪੰਜਾਬ ਜਿਹੜਾ ਵਾ ਪ੍ਰਫੁੱਲਤ ਚੜ੍ਹਦੀ ਕਲਾ ਨਾਲ ਤੇ ਦੇਸ਼ ਦਾ ਮੋਹਰੀ ਸੂਬਾ ਜਿਹੜਾ ਵਾ ਬਣ ਕੇ ਉੱਭਰ ਸਕਦਾ ਵਾ। ਇਹਨਾਂ ਕੁਝ ਕਹਿੰਦਾ ਖਿਮਾ ਦਾ ਜੱਜ ਕਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਨਾਲ ਅੱਜ ਜੁੜੇ ਮਨਜੀਤ ਸਿੰਘ ਭੋਮਾ ਜੀ, ਜਿਹੜੇ ਕਿ ਆਪਣੇ ਨੌਜਵਾਨਾਂ ਦੇ ਹਿੱਤ ਦੇ ਵਿੱਚ ਨੇ। ਜਦੋਂ ਇਹ ਨੌਜਵਾਨ ਸੀਗੇ ਉਸ ਉਮਰ ਦੇ ਵਿੱਚ ਇਹਨਾਂ ਨੇ ਆਪਣੇ ਪੰਥ ਦੀ, ਆਪਣੀ ਕੌਮ ਦੀ, ਆਪਣੇ ਦੇਸ਼ ਦੀ ਸੇਵਾ ਕੀਤੀ। ਜੇਲ੍ਹਾਂ 'ਚ ਵੀ ਰਹੇ ਅਤੇ ਆਪਣਾ ਲਾਈਫ ਐਕਸਪੀਰੀਅੰਸ ਅਤੇ ਆਪਣੇ ਸੁਝਾਅ ਤੁਹਾਨੂੰ ਦਿੱਤੇ ਨੇ। ਅਤੇ ਦਰਸ਼ਕੋ, ਅੱਜ ਦੇ ਲਈ ਇੰਨਾ ਹੀ ਕਾਫੀ ਸੀਗਾ। ਮੈਂ ਭੋਮਾ ਸਾਹਿਬ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਹੀ ਗੁਣੀ ਗਿਆਨੀ ਜਿਨ੍ਹਾਂ ਨੇ ਆਪਣੇ ਪੰਥ ਦੀ, ਦੇਸ਼ ਦੀ ਸੇਵਾ ਕੀਤੀ ਆ, ਤੁਹਾਡੇ ਲਈ ਜ਼ਰੂਰ ਪੇਸ਼ ਕਰਿਆ ਕਰਾਂਗੇ। ਮਹੀਨੇ 'ਚ ਇੱਕ ਦੋ ਗੈਸਟ ਜ਼ਰੂਰ ਇਸ ਤਰੀਕੇ ਦੇ ਆਪਣੇ ਜਿਹੜੀ ਸਮਾਜੀ ਤੌਰ 'ਤੇ ਜਿੱਥੇ ਆਪਣੀਆਂ ਹੋਰ ਕਈ ਕੁਛ ਲੈ ਕੇ ਆਉਂਦੇ ਹਾਂ, ਜਿਹੜੀ ਚੀਜ਼ ਦੀ ਲੋੜ ਆ ਉਹ ਵੀ ਇੱਕ ਮੰਗ ਆ। ਅਤੇ ਜਸ ਪਰਿਵਾਰ ਹਮੇਸ਼ਾ ਇਹਨਾਂ ਦਾ ਧੰਨਵਾਦ ਕਰਦਾ ਜਿਹੜੇ ਅੱਧੀ ਰਾਤ ਨੂੰ ਜਾ ਕੇ 12-1 ਵਜ ਜਾਂਦੇ ਨੇ ਜਦੋਂ ਇਹਨਾਂ ਦੀ ਆਪਾਂ ਲਾਈਵ ਇੰਟਰਵਿਊ ਕਰਦੇ ਹਾਂ। ਸੋ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ, ਜਸ ਪਰਿਵਾਰ ਇਹਨਾਂ ਦਾ ਧੰਨਵਾਦੀ ਆ। ਅਤੇ ਇਹਨਾਂ ਦੇ ਕਰ ਕਮਲਾਂ ਕਰਕੇ ਜਿਹੜੇ ਸਾਡੇ ਮਹਿਮਾਨ ਨੇ, ਸਾਡੇ ਸਰੋਤੇ ਨੇ, ਅਸੀਂ 14ਵਾਂ ਸਾਲ ਅੱਜ ਮਨਾ ਰਹੇ ਹਾਂ। ਦਰਸ਼ਕੋ, ਅੱਜ ਦੇ ਲਈ ਇੰਨਾ ਹੀ ਕਾਫੀ। ਕੋਈ ਪੁੱਲ ਚੁੱਕ ਮੈਂ ਵੀ ਜਸ ਚੈਨਲ ਪੰਜਾਬੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ, ਜਿਨ੍ਹਾਂ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਾਲ ਸਾਨੂੰ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦਾ ਮੌਕਾ ਦਿੱਤਾ। ਤੇ ਮੈਂ ਦੁਬਾਰਾ ਫਿਰ ਜਾਂਦਾ ਹੋਇਆ 14 ਵਰੇ ਪੂਰੇ ਕਰਨ ਤੇ ਮੁਬਾਰਕਬਾਦ ਕਰਦਾ ਤੇ ਗੁਰੂ ਰਾਮਦਾਸ ਅੱਗੇ ਅਰਦਾਸ ਕਰਦਾ ਕਿ ਜਸ ਪੰਜਾਬੀ ਚੈਨਲ ਨੂੰ ਦਿਨ ਦੋਣੀ ਰਾਤ ਚੱਗਣੀ ਤਰੱਕੀ ਕਰਨ ਦਾ ਜਿਹੜਾ ਵਾ ਬਲ ਬਖਸ਼ੇ। ਇਸੇ ਤਰ੍ਹਾਂ ਹੀ ਕੌਮ, ਸਮਾਜ, ਪੰਜਾਬ, ਦੇਸ਼, ਅੰਤਰਰਾਸ਼ਟਰੀ ਤੌਰ ਤੇ ਸਮਾਜ ਦੀ ਇਹ ਸੇਵਾ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸੋ ਦਰਸ਼ਕੋ, ਜੇ ਤੁਸੀਂ ਵੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ nik@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਅੱਜ ਦੇ ਲਈ ਇੰਨਾ ਹੀ ਕਾਫੀ ਹੈ। ਦਾਓ ਇਜਾਜ਼ਤ, ਰੱਬ ਰਾਖਾ।